ਕਈ ਵਾਰੀ ਨਾਸੀ ਇਹੋ ਜੀਆਂ ਚੀਜ਼ਾਂ ਨੂੰ ਜ਼ਿੰਦਗੀ ਪਰ ਨਾਲ ਲੈ ਕੇ ਚੱਲਦੇ ਆਂ ਕਿ ਜਿਹੜੀਆਂ ਵਕਤ ਤੋਂ ਬਾਅਦ ਆਪਣੀ ਐਮੀਅਤ ਗਵਾ ਦਿੰਦੀਆਂ ਨੇ ਹਨਾ ਉਹ ਇਨਸਾਨ ਸਭ ਤੋਂ ਵੱਧ ਸੁਖੀ ਅਤੇ ਖੁਸ਼ ਹੁੰਦਾ ਜਿਹੜਾ ਕਿ ਮਾਫ ਕਰਨਾ ਸਿੱਖ ਜਾਂਦਾ ਹੈ ਹਨਾ ਜ਼ਿੰਦਗੀ ਚ ਪਿਛਲੀਆਂ ਚੀਜ਼ਾਂ ਕਈ ਵਾਰੀ ਤੁਹਾਡੇ ਲਈ ਸਬਕ ਜ਼ਰੂਰ ਬਣਦੀਆਂ ਨੇ ਆਪਾਂ ਨੂੰ ਇੱਕ ਆਦਤ ਹੁੰਦੀ ਆ ਆਪਾਂ ਬੀਤੀਆਂ ਚੀਜ਼ਾਂ ਨੂੰ ਖਾਸ ਕਰਕੇ ਜਦੋਂ ਆਪਾਂ ਨੂੰ ਇਕੱਲੇ ਵਕਤ ਮਿਲਦਾ ਅਪਾ ਕਿੰਨਾ ਯਾਦ ਕਰਦੇ ਆ ਹਨਾ ਹਰ ਬੰਦੇ ਦੀ ਹਰ ਗੱਲ ਦਾ ਵੀ ਤੁਹਾਡੇ ਤੇ ਅਸਰ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੀ ਬਹੁਤ ਵੱਡੀ ਦੁਰਘਟਨਾ ਜਾਂ ਬਹੁਤ ਵੱਡੀ ਅਨੁਭੋਣੀ ਨੂੰ ਵੀ ਆਪਾਂ ਇਹ ਕਹਿ ਕੇ ਮੰਨ ਲੈਂਦੇ ਆ ਕਿ ਕੁਦਰਤ ਨੇ ਲਿਖਿਆ ਹੀ ਇਦਾਂ ਸੀ ਜਾਂ ਵਾਹਿਗੁਰੂ ਦੀ ਰਜ਼ਾ ਹੀ ਇਦਾਂ ਸੀ ਕਿੰਨਾ ਆਪਣਾ ਮਾਨਸਿਕ ਨੁਕਸਾਨ ਕਈ ਵਾਰ ਆਪਾਂ ਉਹਨਾਂ ਲੋਕਾਂ ਲਈ ਕਰ ਲੈਂਦੇ ਆ ਜਿਹਦੇ ਨਾਲ ਸਾਨੂੰ ਪੂਰੀ ਜ਼ਿੰਦਗੀ ਵਾਹ ਨਹੀਂ ਪੈਣਾ ਜੇ ਕੋਈ ਸਾਡੇ ਨਾਲ ਮਾੜਾ ਕਰਦਾ ਸਾਨੂੰ ਉਹ ਜ਼ਿਆਦਾ ਚੇਤੇ ਰਹਿ ਜਾਂਦਾ ਬਜਾਏ ਇਸ ਦੇ ਕਿ ਸਾਨੂੰ ਚੰਗਾ ਚੇਤੇ ਰਵੇ ਹਨ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਚੁਣ ਸਕਦੇ ਕਿ ਇਹ ਮੇਰੀ ਜ਼ਿੰਦਗੀ 'ਚ ਹੋਣ ਗਏ ਜਾਂ ਤਾਂ ਆਉਣ ਵਾਲੀ ਜ਼ਿੰਦਗੀ 'ਚ ਉルਜੇ ਰਹਨੇ ਆ ਜਾਂ ਫਿਰ ਜਾਂ ਜਿਹੜੀ ਲੰਘ ਚੁੱਕੀ ਆ ਜਾਂ ਜਿਹੜੀ ਲੰਘ ਚੁੱਕੀ ਆ ਉਹ ਹੋ ਹਟਿਆ ਸਾਰਾ ਕੁਝ ਫਿਰ ਆਪਾਂ ਉਹਦੇ 'ਚ ਹੀ ਉルਜੇ ਰਹਨੇ ਆ ਹਨ ਹਾਂ ਇਹ ਵੀ ਚੀਜ਼ ਹੈਗੀ ਆ ਕਿ ਜੇ ਤੁਹਾਨੂੰ ਕਿਸੇ ਤੋਂ ਤੰਗੀ ਆ ਜਾਂ ਤੁਹਾਨੂੰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਵਾ ਤਾਂ ਮਤਲਬ ਇਹਦੇ ਨਾਲ ਚੰਗਾ ਕਿ ਤੁਸੀਂ ਚੁੱਪ ਵੱਟ ਵੀ ਸੋਸ਼ਲ ਵੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਪ੍ਰੋਗਰਾਮ ਗਲਤੀ ਗਲਚ ਅੱਜ ਰੁਪਿੰਦਰ ਭੈਣ ਹੋਰਾਂ ਨੇ ਬੜਾ ਵਧੀਆ ਵਿਸ਼ਾ ਚੁਣਿਆ ਮੈਂ ਚਾਹੂੰਗੀ ਕਿ ਅੱਜ ਦੇ ਵਿਸ਼ੇ ਬਾਰੇ ਉਹੇ ਤੋਂ ਤੁਸ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਗੁਰਦੀਪ ਮੈਂ ਕਿ ਮੈਂ ਮੈਂ ਏ ਟਾਈਮ ਖਰਾਬ ਕਰੂੰਗੀ ਲਜਾਉਂਗੀ ਸਾਰਿਆਂ ਨੂੰ ਤੇ ਬੈਟਰ ਆ ਵੀ ਤੁਸੀਂ ਦੱਸ ਦੋ ਨਹੀਂ ਵੈਸੇ ਕੋਈ ਔਖਾ ਨਹੀਂ ਸੀਗਾ ਪਰ ਇਹ ਮਤਲਬ ਕਿਸੇ ਨੇ ਇੱਕ ਦਿਨ ਲਿਖਿਆ ਸੀ ਕਹਿੰਦੇ ਵੀ ਜਿਹੜੇ ਆਪਣੇ ਵਹੀਕਲ ਤੇ ਸਫਰ ਕਰਦੇ ਆ ਉਹਨਾਂ ਕੋਲੇ ਜ਼ਿੰਦਗੀ ਚ ਬਹੁਤ ਸਾਰੀਆਂ ਕਹਾਣੀਆਂ ਨਹੀਂ ਹੁੰਦੀਆਂ ਹਨ ਤੇ ਕਹਿੰਦੇ ਇਸੇ ਲਈ ਤੁਹਾਨੂੰ ਪਬਲਿਕ ਟਰਾਂਸਪੋਰਟ ਤੇ ਸਫਰ ਕਰਨਾ ਚਾਹੀਦਾ ਮੈਂ ਤੁਸੀਂ ਮੇਰੇ ਤੇ ਲਾ ਕੇ ਕਹਿੰਦੇ ਨਹੀਂ ਨਹੀਂ ਅਸੀਂ ਵੀ ਬਤੇਰੇ ਬਸਾਂ 'ਚ ਗੇੜੇ ਗੱਡੇ ਨੇ ਬਿਲਕੁਲ ਤੇ ਉਹ ਕਹਿੰਦੇ ਵੀ ਉਹਦਾ ਇੱਕ ਤੁਹਾਨੂੰ ਫਾਇਦਾ ਹੁੰਦਾ ਕਿ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਤੇ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਤੁਹਾਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਹੈਨਾ ਤੇ ਬਹੁਤ ਸਾਰੇ ਲੇਖਕ ਤੇ ਗੀਤਕਾਰ ਹੁਣ ਵੀ ਕਰਦੇ ਨੇ ਵੀ ਉਹ ਜਾਣ ਬੁੱਝ ਕੇ ਟਰੈਵਲ ਕਰਦੇ ਨੇ ਪਬਲਿਕ ਟਰਾਂਸਪੋਰਟ 'ਚ ਟਰੈਵਲ ਕਰਦੇ ਨੇ ਤੁਹਾਡੀ ਗੱਲ ਸਹੀ ਹੈ ਕਿ ਉਹ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਦਿੰਦੀ ਹੈ ਇਹ ਚੀਜ਼ ਬਿਲਕੁਲ ਤੇ ਮੈਂ ਇੱਕ ਦਿਨ ਕਿਸੇ ਨਾਲ ਪਟਿਆਲੇ ਤੋਂ ਲੈ ਕੇ ਮੋਹਾਲੀ ਤੱਕ ਸਫ਼ਰ ਕੀਤਾ ਤੇ ਮੈਨੂੰ ਉਸ ਦਿਨ ਯਾਦ ਆਇਆ ਵੀ ਇਹ ਇੱਕ ਵਿਸ਼ਾ ਹੋ ਸਕਦਾ ਆਪਣੇ ਗੱਲਬਾਤ ਕਰਨ ਦਾ ਹੈਨਾ ਉਹ ਵਿਸ਼ਾ ਸੀਗਾ ਕੀ ਕਈ ਵਾਰ ਇਹ ਨਾ ਸੀ ਇਹੋ ਜੀਆਂ ਚੀਜ਼ਾਂ ਨੂੰ ਜ਼ਿੰਦਗੀ ਪਰ ਨਾਲ ਲੈ ਕੇ ਚੱਲਦੇ ਆਂ ਕਿ ਜਿਹੜੀਆਂ ਵਕਤ ਤੋਂ ਬਾਅਦ ਆਪਣੀ ਐਮੀਅਤ ਗਵਾ ਦਿੰਦੀਆਂ ਨੇ ਹਨਾ ਪਰ ਸਾਡੇ ਦਿਮਾਗ ਚੋਂ ਨਹੀਂ ਜਾਂਦੀਆਂ ਚਾਹੇ ਉਹ ਕਿਸੇ ਦੀਆਂ ਕਹੀਆਂ ਗੱਲਾਂ ਹੋਣ ਜਾਂ ਕੋਈ ਇਹੋ ਜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਪਾਸਟ ਚ ਵਾਪਰ ਚੁੱਕੀਆਂ ਹੋਣ ਵੀ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਆਪਾਂ ਕਹਿ ਦਿੰਦੇ ਆਂ ਨਾ ਕਿ ਆਫਿਸ ਤੋਂ ਆਉਂਦੇ ਵਕਤ ਤੁਸੀਂ ਆਫਿਸ ਦਾ ਕੰਮ ਉੱਥੇ ਛੱਡ ਆਓ ਤੇ ਘਰ ਤੋਂ ਆਉਂਦੇ ਵਕਤ ਜਦੋਂ ਤੁਸੀਂ ਆਪਣੇ ਕੰਮ ਤੇ ਆ ਰਹੇ ਹੋ ਘਰ ਦੀਆਂ ਜਿਹੜੀਆਂ ਚਿੰਤਾਵਾਂ ਨੇ ਜਾਂ ਸਮੱਸਿਆਵਾਂ ਨੇ ਤੁਸੀਂ ਉੱਥੇ ਹੀ ਛੱਡਿਓ ਹਨਾ ਵੀ ਆਪਾਂ ਥਾਂ ਬਦਲਣ ਤੋਂ ਬਾਅਦ ਵੀ ਉਹ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਕਿਉਂ ਨਾਲ-ਨਾਲ ਲੈ ਕੇ ਚੱਲਦੇ ਆਂ ਤੇ ਇਸੇ ਤਰ੍ਹਾਂ ਆਪਾਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਆਪਣੇ ਦਿਮਾਗ 'ਚ ਲੈ ਕੇ ਚੱਲਦੇ ਆਂ ਜਿਨ੍ਹਾਂ ਨੇ ਕਦੇ ਨਾ ਕਦੇ ਜ਼ਿੰਦਗੀ 'ਚ ਸਾਨੂੰ ਕੋਈ ਨੁਕਸਾਨ ਹੈ ਚਾਹੇ ਉਹ ਮਾਨਸਿਕ ਆ ਜਾਂ ਸਰੀਰਕ ਆ ਪਹਚਾਇਆ ਹੋਊਗਾ ਆਪਾਂ ਉਹਨਾਂ ਨੂੰ ਛੱਡ ਨਹੀਂ ਸਕਦੇ ਆਪਾਂ ਉਸ ਜਗ੍ਹਾ ਤੋਂ ਨਿਕਲ ਵੀ ਆਉਨੇ ਆ ਫਿਰ ਵੀ ਉਹ ਸਾਲਾਂ ਦਰ ਸਾਲ ਸਾਡੇ ਨਾਲ ਚੱਲਦੇ ਰਹਿੰਦੇ ਹੁਣ ਝੂਠ ਨਾ ਮਾਰੇਓ ਇਹ ਤੁਸੀਂ ਆਪ ਦੇ ਆਪ ਤੋਂ ਹੀ ਕੱਢਿਆ ਨਾ ਵੀਰ ਨਹੀਂ ਨਹੀਂ ਇਹ ਇਹਦੇ ਨਾਲ ਇਹ ਮੈਨੂੰ ਜਿੰਨੀਆਂ ਗੱਲਾਂ ਤੁਸੀਂ ਨਾਲ ਲੈ ਕੇ ਚੱਲਦੇ ਹੋ ਕੋਈ ਵੀ ਨਹੀਂ ਚੱਲਦਾ ਨਹੀਂ ਮੈਂ ਹੁਣ ਛੱਡ ਦਿਆਂ ਜਿਵੇਂ ਮੈਂ ਤੁਹਾਨੂੰ ਕਹਿਣੀ ਹੁੰਦੀ ਕਿ ਜਦੋਂ ਮੈਨੂੰ 40 ਸਾਲ ਦੀ ਉਮਰ ਦਾ ਅੰਦਾਜ਼ਾ ਹੋਇਆ ਨਾ ਆਪਦਾ ਫਿਰ ਮੈਂ ਛੱਡਤੀਆਂ ਮਨਾ ਅੱਧੀ ਤਾਂ ਲੰਘ ਗਈ ਲੰਘ ਗਈ ਗੱਲ ਇਹ ਸੀਗੀ ਕਿ ਇੱਕ ਕੁੜੀ ਸੀਗੀ ਉਹ ਆਪਣੇ ਮਤਲਬ ਲੰਮੇ ਸਮੇਂ ਤੋਂ ਆਪਣੇ ਪ੍ਰੋਗਰਾਮ ਦੇਖਦੇ ਸੀਗੇ ਨਾ ਉਹ ਮੈਨੂੰ ਆ ਕੇ ਮਿਲੇ ਕਹਿੰਦੇ ਵੀ ਸਾਨੂੰ ਬਹੁਤ ਚੰਗਾ ਲੱਗਦਾ ਵੀ ਤੁਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਹੋ ਮੈਂ ਕਿਹਾ ਵੀ ਤੁਹਾਨੂੰ ਕੀ ਚੰਗਾ ਲੱਗਦਾ ਉਹ ਕਹਿੰਦੇ ਸਾਨੂੰ ਚੰਗਾ ਲੱਗਦਾ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਹੋ ਹਨਾ ਤੇ ਬਾਅਦ ਚੋਂ ਜਦੋਂ ਉਹਨਾਂ ਨੂੰ ਲੱਗਿਆ ਕਿ ਮੈਂ ਉਹਨਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰ ਰਹੀ ਹਾਂ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਹਿੰਦੇ ਵੀ ਬਹੁਤ ਸਾਲ ਹੋ ਗਏ ਮੇਰੇ ਬੱਚਾ ਨਹੀਂ ਹੋਇਆ ਹਨਾ ਤੇ ਕਹਿੰਦੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਚਾ ਮੈਂ ਕਿਹਾ ਵੀ ਉਹਦਾ ਕਾਰਨ ਕੀ ਆ ਡਿਪਰੈਸ਼ਨ ਦਾ ਕਹਿੰਦੇ ਇਹੀ ਵੀ ਮੇਰੇ ਬੱਚਾ ਨਹੀਂ ਹੋ ਰਿਹਾ ਤੇ ਮੈਂ ਕਿਹਾ ਬੱਚਾ ਤੁਹਾਨੂੰ ਚਾਹੀਦਾ ਜਾਂ ਆਲੇ ਦੁਆਲੇ ਤੁਹਾਡੇ ਤੇ ਇਦਾਂ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਬੱਚਾ ਹੋਣਾ ਹੀ ਲਾਜ਼ਮੀ ਆ ਹਨ ਉਹ ਕਹਿੰਦੇ ਵੀ ਇਹ ਗੱਲ ਹੈਗੀ ਆ ਬਿਲਕੁਲ ਕਹਿੰਦੇ ਜਿਹੜੇ ਵੀ ਮੇਰੇ ਪਰਿਵਾਰ ਦੇ ਮੈਂਬਰ ਨੇ ਚਾਹੇ ਉਹ ਮੇਰੇ ਸਹੁਰਿਆਂ ਚ ਨੇ ਜਾਂ ਸਹੁਰਿਆਂ ਚ ਰਿਸ਼ਤੇਦਾਰ ਨੇ ਹਨ ਤੇ ਕਹਿੰਦੇ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਪ੍ਰੈਸ਼ਰ ਬਣਾਉਂਦੇ ਨੇ ਤੇ ਉਹ ਦੱਸਣ ਲੱਗੇ ਕਿ ਕਿੱਦਾਂ ਉਹਨਾਂ ਦੇ ਘਰੇ 네ਗੇਟਿਵ ਚੀਜ਼ਾਂ ਹੁੰਦੀਆਂ ਨੇ ਉਹ ਮੈਨੂੰ ਕਿਵੇਂ ਸੁਣਾਉਂਦੇ ਨੇ ਕਿਵੇਂ ਟੌਂਟ ਕਰਦੇ ਨੇ ਨਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਮੈਂ ਡਾਕਟਰ ਦੇ ਜਾ ਰਹੀਆਂ ਮੈਂ ਆਈਵੀਐਫ ਟ੍ਰੀਟਮੈਂਟ ਆ ਜਿਹੜਾ ਉਹ 2-3 ਵਾਰ ਮਤਲਬ ਟਰਾਈ ਕੀਤਾ ਤੇ ਉਹ ਸਕਸੈਸਫੁਲ ਨਹੀਂ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰੋਗੇ ਕਹਿੰਦੇ ਨਹੀਂ ਮੈਂ ਕਿਹਾ ਵੀ ਜਿਸ ਹਿਸਾਬ ਨਾਲ ਤੁਸੀਂ ਹੁਣ ਵੀ ਮਤਲਬ ਇਸ ਡੇਢ ਘੰਟੇ ਚ ਵੀ ਸਿਰਫ ਘਰਦਿਆਂ ਦੀਆਂ 네ਗੇਟਿਵ ਗੱਲਾਂ ਹੀ ਕਰੀ ਜਾਂਦੇ ਹੋ ਹਨਾ ਵੀ ਉਹ ਕਿੱਥੇ ਰਹਿ ਗਏ ਉਹ ਬਰਨਾਲੇ ਤੋਂ ਆਏ ਸੀਗੇ ਮੈਂ ਕਿਹਾ ਬਰਨਾਲੇ ਤੋਂ ਲੈ ਕੇ ਮੋਹਾਲੀ ਤੱਕ ਤਾਂ ਤੁਹਾਡੇ ਨਾਲ ਹੀ ਟ੍ਰੈਵਲ ਕਰੀ ਜਾਂਦੇ ਨੇ ਜਦ ਕਿ ਉਹ ਹੈਗੇ ਘਰੇ ਨੇ ਮੈਂ ਕਿਹਾ ਇਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਤੁਹਾਨੂੰ ਕਦੀ ਵੀ ਜਿਹੜਾ ਟ੍ਰੀਟਮੈਂਟ ਹੈ ਉਹ ਸ਼ਾਇਦ ਹੀ ਰਿਸਪੌਂਡ ਕਰੇ ਹਨਾ ਤੇ ਮੈਂ ਕਿਹਾ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਛੱਡਣਾ ਸਿੱਖੋ ਤੇ ਜਿਸ ਜਗ੍ਹਾ ਲਈ ਤੁਸੀਂ ਜਾ ਰਹੇ ਹੋ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਸਿੱਖੋ ਕਿ ਮੈਂ ਜੋ ਜਦੋਂ ਮੇਰੇ ਘਰ ਦਾ ਬੂਹਾ ਬੰਦ ਹੋ ਗਿਆ ਮੈਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਆ ਗਈ ਹੈਨਾ ਮੈਂ ਕਿਹਾ ਫੇਰ ਹੀ ਕੋਈ ਨਵੀਂ ਜਗ੍ਹਾ ਤੇ ਜਾ ਕੇ ਤੁਹਾਨੂੰ ਲੱਗੂਗਾ ਕਿ ਹਾਂ ਇੱਥੇ ਮੈਂ ਆਪਣੇ ਕੰਮ ਲਈ ਆਈਆਂ ਤੇ ਉਹ ਕਹਿੰਦੇ ਤੁਸੀਂ ਬਹੁਤ ਸੌਖੇ ਢੰਗ ਨਾਲ ਮੈਨੂੰ ਚੀਜ਼ ਸਮਝਾਤੀ ਹੈਨਾ ਤੇ ਮੈਨੂੰ ਉਦੋਂ ਲੱਗਿਆ ਕਿ ਇਹੋ ਜਿਹੀਆਂ ਚੀਜ਼ਾਂ ਤਾਂ ਕਿੰਨੇ ਲੋਕਾਂ ਨੂੰ ਸਮਝਣੀਆਂ ਲਾਜ਼ਮੀ ਨੇ ਹਾਂ ਤੇ ਜਿੰਨੀ ਮਤਲਬ ਇਹ ਚੀਜ਼ ਆਪਾਂ ਨੂੰ ਸੌਖੀ ਲੱਗਦੀ ਹੈ ਇਹ ਚੀਜ਼ ਜ਼ਿੰਦਗੀ 'ਚ ਲੈ ਕੇ ਆਉਣੀ ਮਿਲਦਾ ਉਹਨੀ ਕੀ ਔਖੀ ਹੈਨਾ ਬੱਚੇ ਵਾਲੇ ਮਾਮਲੇ 'ਚ ਤਾਂ ਮੈਂ ਇਹ ਵੀ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜ਼ਿੰਦਗੀ 'ਦੀ ਬਹੁਤ ਵੱਡੀ ਦੁਰਘਟਨਾ ਜਾਂ ਬਹੁਤ ਵੱਡੀ ਅਣਹੋਣੀ ਨੂੰ ਵੀ ਆਪਾਂ ਇਹ ਕਹਿ ਕੇ ਮੰਨ ਲੈਂਦੇ ਆ ਕਿ ਕੁਦਰਤ ਨੇ ਲਿਖਿਆ ਹੀ ਇਦਾਂ ਸੀ ਜਾਂ ਵਾਇਗਰੂ ਦੀ ਰਜ਼ਾ ਹੀ ਇਦਾਂ ਸੀ ਪਰ ਬੱਚਾ ਸਾਨੂੰ ਲੱਗਦਾ ਕਿ ਇਹ ਵਾਇਗਰੂ ਦੀ ਮਰਜ਼ੀ ਨਾਲ ਨਹੀਂ ਸਾਡੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ ਨਾ ਹਾਂ ਮੈਂ ਕਿਨੇ ਵੀ ਜਿਹੜੇ ਸਿਆਣੇ ਕਈ ਵਾਰ ਘਰਾਂ 'ਚ ਆਪਾਂ ਨੂੰ ਸਬਰ ਕਰਨ ਲਈ ਕਹਿੰਦੇ ਨੇ ਵੀ ਕੋਈ ਨਾ ਪੁੱਤ ਐਂ ਹੀ ਹੋਣਾ ਸੀਗਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਐਂ ਲਿਖਿਆ ਸੀ ਉਹੀ ਸਿਆਣੇ ਕਈ ਵਾਰ ਫਿਰ ਇਸ ਚੀਜ਼ ਨੂੰ ਸਮਝਣ ਦੇ ਵਿੱਚ ਬਹੁਤ ਵਾਰੀ ناکਾਮਯਾਬ ਹੋ ਜਾਂਦੇ ਨੇ ਕਿ ਇਹ ਵੀ ਤਾਂ ਪ੍ਰਮਾਤਮਾ ਨੇ ਇਦਾਂ ਹੀ ਸੋਚਿਆ ਹੋਇਆ ਹਨਾ ਉਹਦੇ ਲਈ ਆਪਾਂ ਦੂਜੇ ਬੰਦੇ ਦੀ ਲਾਈਫ ਨੂੰ ਕਿੰਨਾ ਜ਼ਿਆਦਾ ਨਰਕ ਭਰਿਆ ਬਣਾ ਦਿੰਨੇ ਆ ਬਿਲਕੁਲ ਤੇ ਦੂਸਰੀ ਜਿਹੜੀ ਗੱਲ ਆ ਇਹ ਜ਼ਰੂਰ ਆ ਕਿ ਹਾਂ ਜਿਵੇਂ ਇੱਕ ਦਿਨ ਨਰਿੰਦਰ ਸਿੰਘ ਕਪੂਰ ਸਰਦਾਰ ਇੱਕ ਤੁਸੀਂ ਐਪੀਸੋਡ ਕੀਤਾ ਸੀ ਉਹ ਕਹਿੰਦੇ ਸੀਗੇ ਕਿ ਵੀ ਉਹ ਇਨਸਾਨ ਸਭ ਤੋਂ ਵੱਧ ਸੁਖੀ ਅਤੇ ਖੁਸ਼ ਹੁੰਦਾ ਜਿਹੜਾ ਕਿ ਮਾਫ਼ ਕਰਨਾ ਸਿੱਖ ਜਾਂਦਾ ਆ ਹਨਾ ਕਈ ਵਾਰੀ ਆਪਣੇ ਨਾਲ ਪਾਸਟ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਕੱਲ ਕੱਲ ਹੀ ਅਸੀਂ ਘਰੇ ਬੈਠੇ ਕੋਈ ਗੱਲ ਕਰ ਰਹੇ ਸੀ 4 ਸਾਲ ਪਹਿਲਾਂ ਦੀ ਕੋਈ ਗੱਲ ਸੀ ਮੈਂ ਕਿਹਾ ਮੈਨੂੰ ਅਲੇ ਤੱਕ ਨਹੀਂ ਪੁੱਲਿਆ ਹਾਂ ਆਪਾਂ ਯਾਦ ਰੱਖਦੇ ਹਾਂ ਹੈਨਾ ਤੇ ਉਹ ਉਸ ਤੋਂ ਬਾਅਦ ਤੁਹਾਡੇ ਨਾਲ ਭਾਵੇਂ ਹਜ਼ਾਰਾਂ ਚੀਜ਼ਾਂ ਚੰਗੀਆਂ ਹੋ ਜਾਣ ਪਰ ਤੁਹਾਨੂੰ ਉਹ ਮਾੜੀ ਚੀਜ਼ ਇੱਕ ਜ਼ਰੂਰ ਚੇਤੇ ਰਹਿੰਦੀ ਫਲਾਣੇ ਬੰਦੇ ਨੇ ਮੈਨੂੰ ਫਲਾਣੀ ਟਾਈਮ ਆਹ ਗੱਲ ਕਹੀ ਸੀ। ਹਨਾ ਉਸ ਤੋਂ ਬਾਅਦ ਉਹ ਬੰਦਾ ਤੁਹਾਡੇ ਲਈ ਭਾਵੇਂ ਚੰਗਾ ਵੀ ਹੋ ਜਵੇ ਜਾਂ ਚੰਗੀਆਂ ਚੀਜ਼ਾਂ ਵੀ ਕਰਦੇਵੇ ਪਰ ਫਿਰ ਵੀ ਤੁਹਾਨੂੰ ਇੱਕੋ ਹੀ ਉਹਦੀ ਮਾੜੀ ਗੱਲ ਰੜਕਦੀ ਰਹਿ ਜਾਂਦੀ ਨਹੀਂ ਫਲਾਣੇ ਟਾਈਮ ਇਹਨੇ ਮੈਨੂੰ ਹਰਟ ਕੀਤਾ ਸੀ। ਬਿਲਕੁਲ ਮਿਲਦੇ ਮਾਫ ਕਰਨਾ ਜਿੰਨਾ ਆਪਾਂ ਕਹਿ ਦਿੰਨੇ ਆ ਕਿ ਸੌਖਾ ਉਨਾਂ ਹੀ ਜ਼ਿਆਦਾ ਔਖਾ ਵੀ ਹੁੰਦਾ ਹਨਾ ਉਹ ਗੁਣ ਆਪਣੇ ਆਪ ਚ ਲੈ ਕੇ ਆਉਣ ਆਪਾਂ ਕਈ ਵਾਰ ਕਹਿ ਦਿੰਨੇ ਆ ਯਾਰ ਮੈਂ ਨਹੀਂ ਕਿਸੇ ਦੀ ਗੱਲ ਕਦੇ ਗੋਲੀ ਹੈਗੀ ਪਰ ਸੱਚੀ ਆਪਾਂ ਗੋੜ ਦੇ ਸਭ ਤੋਂ ਜ਼ਿਆਦਾ ਹੀ ਹੁੰਨੇ ਜਿਹੜਾ ਬੰਦਾ ਇਹ ਕਹਿੰਦਾ ਨਾ ਮੈਨੂੰ ਕਿਸੇ ਦੀ ਗੱਲਾਂ ਦੀ ਪਰਵਾਹ ਨਹੀਂ ਜਾਂ ਮੈਂ ਕਦੇ ਕਿਸੇ ਦੀ ਗੱਲ ਨਹੀਂ ਗੋਲੀ ਉਹੀ ਬੰਦਾ ਸਭ ਤੋਂ ਜ਼ਿਆਦਾ ਗੋੜ ਦਾ ਹੁੰਦਾ ਹੈ ਹਨਾ ਤੇ ਮਿਲਣਦੇ ਇਹ ਚੀਜ਼ ਆਪਣੇ ਅੰਦਰ ਲੈ ਕੇ ਆਣੀ ਕਿ ਜਿਹੜਾ ਪਿੱਛੇ ਹੋ ਗਿਆ ਉਹਨੂੰ ਮੈਂ ਛੱਡਦਾ ਤੇ ਜੋ ਮੂਰੇ ਦੀ ਜ਼ਿੰਦਗੀ ਆ ਜਾਂ ਮੂਰੇ ਦਾ ਜਿਹੜਾ ਸਮਾਂ ਜੋ ਅੱਜ ਮੇਰੇ ਦੇ ਨਾਲ ਅੱਜ ਮੇਰੇ ਨਾਲ ਜੋ ਹੋ ਰਿਹਾ ਮੈਂ ਉਹਦੇ ਵਿੱਚ ਜਿ ਰਵਾਂ ਜਾਂ ਪ੍ਰੈਜੈਂਟ 'ਚ ਰਹਿ ਕੇ ਚੀਜ਼ਾਂ ਨੂੰ ਦੇਖਾਂ ਉਹ ਮੈਨੂੰ ਲੱਗਦਾ ਉਹਦੇ ਤੇ ਆਪਾਂ ਫੋਕਸ ਹੀ ਨਹੀਂ ਕਰਦੇ ਹੈਗੇ ਆਪਾਂ ਜਾਂ ਤਾਂ ਆਉਣ ਵਾਲੀ ਜ਼ਿੰਦਗੀ 'ਚ ਉਲਝੇ ਰਹਿੰਦੇ ਆ ਜਾਂ ਫਿਰ ਜਾਂ ਜਿਹੜੀ ਲੰਘ ਚੁੱਕੀ ਆ ਜਾਂ ਜਿਹੜੀ ਲੰਘ ਚੁੱਕੀ ਆ ਉਹ ਹੋ ਹਟਿਆ ਸਾਰਾ ਕੁਝ ਫਿਰ ਆਪਾਂ ਉਹਦੇ 'ਚ ਹੀ ਉਲਝੇ ਰਹਿੰਦੇ ਆ ਹਨਾ ਕਿ ਵੀ ਆਪਾਂ ਲਾਈਫ 'ਚ ਕੁਝ ਪਲਾਨ ਵੀ ਕਰਨਾ ਹੋਵੇ ਬੰਦੋਂ ਆਪਣੇ ਪਿੱਛੇ ਕੋਈ ਆਪਣੇ ਬਹੁਤ ਵੱਡਾ ਲਾਸ ਹੋ ਗਿਆ ਫਾਈਨੈਂਸ਼ਲੀ ਕਹਿ ਲੋ ਜਾਂ ਕੋਈ ਤੁਸੀਂ ਪਲਾਨ ਉਹਦਾਂ ਦਾ ਕੀਤਾ ਹੋਇਆ ਸੀ ਉਹ ਵੀ ਉਵੇਂ ਨਹੀਂ ਹੋਇਆ ਸਹੀ ਸਾਬਿਤ ਜਿਵੇਂ ਦਾ ਤੁਸੀਂ ਕੀਤਾ ਹੋਇਆ ਸੀ ਪਲਾਨ ਹੈ ਨਾ ਜਾਂ ਤੁਸੀਂ ਸੋਚਿਆ ਹੋਇਆ ਸੀਗਾ ਅੱਜ ਦੀ ਡੇਟ 'ਚ ਮੈਂ ਚਾਹੇ ਬਹੁਤ ਚੰਗੀ ਥਾਵੇਂ ਆ ਚਾਹੇ ਮੈਂ ਬਹੁਤ ਚੰਗਾ ਆਪਣੀ ਲਾਈਫ 'ਚ ਕਰ ਰਹੀ ਹਾਂ ਪਰ ਮੈਨੂੰ ਇਹ ਹੁੰਦਾ ਜੇ ਉਹਦੋਂ ਮੇਰੇ ਨਾਲ ਆਏ ਨਾ ਹੁੰਦਾ ਕਿ ਨਾ ਜਾਂ ਜੇ ਉਹਦੋਂ ਆ ਚੀ ਸਿਰੇ ਚੜ ਜਾਂਦੀ ਤਾਂ ਅੱਜ ਨੂੰ ਐ ਹੋਣਾ ਸੀਗਾ ਭਾਵੇਂ ਕਿ ਅੱਜ ਵੀ ਮੈਂ ਬਹੁਤ ਚੰਗੀ ਥਾਵੇਂ ਬੈਠੀ ਹਾਂ ਜੀ ਜ਼ਿੰਦਗੀ 'ਚ ਬਹੁਤ ਵਧੀਆ ਕਰ ਰਹੀ ਹਾਂ ਪਰ ਆਪਾਂ ਨੂੰ ਹਮੇਸ਼ਾ ਨਾ ਨੈਗੇਟਿਵ ਚੀਜ਼ ਜਿਆਦਾ ਹੀ ਉਪੋਕ ਕਰਦੀ ਰਹਿੰਦੀ ਹੈ ਕਿ ਨਹੀਂ ਉਹਦੇ ਬਾਰੇ ਜਿਆਦਾ ਸੋਚ ਜਾਂ ਅਸੀਂ ਜਿਆਦਾ ਸੋਚਦੇ ਹਾਂ ਉਹਨਾਂ ਚੀਜ਼ਾਂ ਬਾਰੇ ਹੈ ਨਾ ਸਹੀ ਗੱਲ ਹੈ ਗੁਰਦੀਪ ਜੀਵੇਂ ਨਾ ਆਪਾਂ ਕਹਿੰਦੇ ਹੁੰਨੇ ਆ ਕਿ ਅਕਲ ਆ ਜਿਹੜੀ ਉਹ ਬਾਦਾਮ ਖਾਣ ਨਾਲ ਨਹੀਂ ਆਉਂਦੀ ਠੁਕਰਾਂ ਖਾਣ ਨਾਲ ਆਉਂਦੀ ਹੈ ਨਾ ਆਹ ਜ਼ਿੰਦਗੀ ਚ ਪਿਛਲੀਆਂ ਚੀਜ਼ਾਂ ਕਈ ਵਾਰੀ ਤੁਹਾਡੇ ਲਈ ਸਬਕ ਜ਼ਰੂਰ ਬਣਦੀਆਂ ਨੇ ਪਰ ਜੇ ਤੁਸੀਂ ਮੈਨੂੰ ਲਾਦਾ ਸਬਕ ਦੀ ਤਾਂ ਉਹਨਾਂ ਨੂੰ ਜ਼ਿੰਦਗੀ ਬਣਾ ਲਓ ਫਿਰ ਉਹਦੇ ਚ ਕੁਝ ਨਹੀਂ ਨਿਕਲਦਾ ਹੈਗਾ ਮੈਨੂੰ ਕਿਸੇ ਨੇ ਮੈਨੂੰ ਯਾਦ ਨਹੀਂ ਆ ਰਿਹਾ ਕਿ ਇਹ ਗੱਲ ਕਿਹਨੇ ਦੱਸੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕਿ ਇਹੋ ਜੀ ਕਿਤਾਬ ਪੜ੍ਹੀ ਸੀਗੀ ਕਿ ਜਿਹਦੇ ਚ ਲਿਖਿਆ ਹੋਇਆ ਸੀ ਕਿ ਜ਼ਿੰਦਗੀ ਚ 1 ਮਿੰਟ ਪਹਿਲਾਂ ਵੀ ਜੋ ਕੁਝ ਵਾਪਰਿਆ ਉਹ ਵੀ ਤੁਹਾਡਾ ਪਾਸਟ ਹੈ ਹੈਨਾ ਤੇ ਉਸ ਪਾਸਟ ਨੂੰ ਤੁਸੀਂ ਜਿੰਨਾ ਟਾਈਮ ਆਪਣੇ ਅੱਜ ਵਾਲੇ ਦਿਨ ਚ ਰੱਖੋਗੇ ਇਹਦਾ ਮਤਲਬ ਤੁਸੀਂ ਅੱਜ ਵਾਲੇ ਦਿਨ ਚੋਂ ਉਨਾਂ ਚਿਰ ਗੈਰਹਾਜ਼ਰ ਹੋ ਰਹੇ ਹੋ ਹੈਨਾ ਆਪਾਂ ਨੂੰ ਇੱਕ ਆਦਤ ਹੁੰਦੀ ਆ ਆਪਾਂ ਬੀਤੀਆਂ ਚੀਜ਼ਾਂ ਨੂੰ ਖਾਸ ਕਰਕੇ ਜਦੋਂ ਆਪਾਂ ਨੂੰ ਇਕੱਲੇ ਵਕਤ ਮਿਲਦਾ ਆਪਾਂ ਕਿੰਨਾ ਯਾਦ ਕਰਦੇ ਆ ਹੈਨਾ ਤੁਸੀਂ ਸੋਚ ਕੇ ਦੇਖੋ ਮੇਰਾ ਮਤਲਬ ਮੈਂ ਆਪਣੇ ਆਪ ਤੇ ਲਾ ਕੇ ਕਹਿੰਨੀ ਆ ਕਿ ਜਦੋਂ ਆਪਾਂ ਇਕੱਲੇ ਬੈਠੇ ਹੁੰਨੇ ਆ ਨਾ ਕਦੀ ਵੀ ਆਪਾਂ ਖੁਸ਼ੀ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਯਾਦ ਕਰਦੇ ਤੁਹਾਨੂੰ ਕੀ ਹੋਣਗੇ ਪੁਛਤਾਵੇ ਹੋਣਗੇ ਇਕੱਲੇ ਬੈਠਿਆਂ ਨੂੰ ਕਿਸੇ ਨੇ ਮਾੜਾ ਬੋਲਤਾ ਸੀ ਉਹ ਹੋਣਗੇ ਜਾਂ ਹੁਣ ਤੁਸੀਂ ਬਿਲਕੁਲ ਇਹ ਨਵੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਨਾਮ ਵਾਪਰਦੀਆਂ ਨੇ ਆਪਾਂ ਕਈ ਵਾਰੀ ਕਿੰਨੇ ਚੰਗੇ ਚੰਗੇ ਲੋਕ ਆਪਾਂ ਨੂੰ ਹਨਾ ਲਿਖ ਕੇ ਭੇਜਦੇ ਹੁੰਦੇ ਆ ਵਿਚਾਰ ਆਪਣੇ ਕਿ ਤੁਸੀਂ ਆ ਕਰਿਓ ਉਹਦੇ ਚ ਇੱਕ ਬੰਦਾ ਹੋਊਗਾ ਜਿਹਨੂੰ ਸ਼ਾਇਦ ਤੁਹਾਡੇ ਨਾਲ ਸਹਿਮਤੀ ਨਹੀਂ ਹੋ ਆਪਣੀ ਨਜ਼ਰ ਜਾ ਕੇ ਉਸੇ ਬੰਦੇ ਤੇ ਟਿਕਦੀ ਆ ਹਨਾ ਕਿਉਂ ਟਿਕਦੀ ਆ ਕਿਉਂਕਿ ਸਾਨੂੰ ਲੱਗਦਾ ਕਿ ਇਹਨੇ ਵੱਖਰਾ ਕਿਉਂ ਕਿਹਾ ਫਿਰ ਅਸੀਂ ਆਪਣੀ ਪਰਸਨੈਲਿਟੀ ਨੂੰ ਉਦਾਂ ਹੀ ਸਮਝਣ ਲੱਗ ਜਾਂਦੇ ਆ ਕਿ ਸੱਚੀ ਇਹਨੇ ਮੇਰੀ ਪਰਸਨੈਲਿਟੀ ਚੋ ਇਹੀ ਚੀਜ਼ਾਂ ਦੇਖੀਆਂ ਜਿਵੇਂ ਅੱਜ ਹੁਣ ਆਪਾਂ ਮਨਜੀਤ ਬਾਜੀ ਨੂੰ ਜਿਵੇਂ ਸਰਬੀ ਨੇ ਬੜੇ ਹਾਸੇ ਨਾਲ ਕਹਿਤਾ ਵੀ ਤੁਸੀਂ ਇਹਦੀ ਨਜ਼ਰ ਚ ਕਿਉਂ ਚੰਗੀ ਆਉਣਾ ਚਾਹੁੰਦੇ ਹੋ ਨਾ ਆਪਾਂ ਜਦੋਂ ਕੋਈ ਬੰਦਾ 네ਗੇਟਿਵ کہہ ਗਿਆ ਸਾਡੇ ਚ ਕੋਈ ਕਮੀ ਕੱਢ ਗਿਆ ਚਾਹੇ ਉਹ ਸਾਡੇ ਸਰੀਰ ਚਾ ਸਾਡੇ ਮਨ ਚਾ ਸਾਡੀਆਂ ਆਦਤਾਂ ਚ ਅਸੀਂ ਜੇ ਜਦੀ 100% ਐਫਰਟਸ ਕਰਨ ਲੱਜਾਂ ਕਿ ਇਹਦੀ ਨਜ਼ਰ ਚ ਮੈਂ ਸੱਚਾ ਹੋ ਜਾਣਾ ਨਾ ਜਦ ਕਿ ਮੈਨੂੰ ਲੱਗਦਾ ਕਿ ਜ਼ਰੂਰਤ ਕੀ ਆ ਤੁਸੀਂ ਹਰ ਬੰਦੇ ਤੋਂ ਦੁਨੀਆ ਚ ਕਿੰਨੇ ਕਿ ਸਰਟੀਫਿਕੇਟ ਲੈ ਕੇ ਰੱਖ ਲਓਗੇ ਹਨਾ ਥੋਡੇ ਨਾਲ ਦੁਨੀਆ ਦਾ ਵਿਹਾਰ ਟਾਈਮ ਟੂ ਟਾਈਮ ਹੀ ਹੁੰਦਾ ਲੋਡ ਦੇ ਮੁਤਾਬਕ ਕੀ ਹੁੰਦਾ ਕਿੰਨੇ ਤੁਹਾਡੇ ਦੋਸਤ ਹੋਣਗੇ ਜਿਹੜੇ ਕਿਸੇ ਸਮੇਂ 'ਚ ਤੁਹਾਡੇ ਬਹੁਤ ক্লোਜ਼ ਫਰੈਂਡ ਰਹੇ ਹੋਣਗੇ ਤੇ ਅੱਜ ਤੁਹਾਨੂੰ ਯਾਦ ਵੀ ਨਹੀਂ ਹੈਗੇ ਕਿੰਨੇ ਸਾਡੇ ਰਿਸ਼ਤੇਦਾਰ ਹੁੰਦੇ ਨੇ ਜਿਨ੍ਹਾਂ ਨਾਲ ਇੱਕ ਵਕਤ ਤੇ ਸਾਡਾ ਇੰਨਾ ਆਉਣਾ ਜਾਣਾ ਹੁੰਦਾ ਤੇ ਅੱਜ ਅਸੀਂ ਉਹਨਾਂ ਨਾਲ ਸਰਸਰੀ ਇੱਕ ਫੋਨ ਤੇ ਵੀ ਗੱਲਬਾਤ ਨਹੀਂ ਕਰਦੇ ਹਨਾ ਤੇ ਫਿਰ ਮੈਨੂੰ ਲੱਗਦਾ ਹੁੰਦਾ ਕਿ ਜਿਸ ਜਗ੍ਹਾ ਤੋਂ ਤੁਸੀਂ ਲੰਘ ਆਏ ਜ਼ਿੰਦਗੀ 'ਚ ਤੁਹਾਡੇ ਕਿਸੇ ਨਾਲ ਵੀ ਕੋਈ ਮਾੜੇ ਰਿਸ਼ਤੇ ਰਹੇ ਉਹਨੇ ਤੁਹਾਨੂੰ ਗਲਤ ਬੋਲਿਆ ਸੀ ਉਸ ਵਕਤ ਤੁਹਾਡਾ ਕੋਈ ਨੁਕਸਾਨ ਕੀਤਾ ਸੀਗਾ ਜਦੋਂ ਉਸ ਦੌਰ ਨੂੰ ਤੁਸੀਂ ਕੱਟ ਆਏ ਤਾਂ ਉਹਨੂੰ ਇਸ ਸਮੇਂ 'ਚ ਰੜਕਣ ਦਾ ਕੋਈ ਫਾਇਦਾ ਨਹੀਂ ਅਸੀਂ ਕਈ ਵਾਰੀ ਬਹੁਤ ਵੱਡੀਆਂ ਲੜਾਈਆਂ ਹੋਈਆਂ ਹੁੰਦੀਆਂ ਨੇ ਹੁਣ ਵਾਲੇ ਟਾਈਮ 'ਚ ਬਹੁਤ ਉਸ ਬੰਦੇ ਨਾਲ ਚੰਗੀ ਬਣਦੀ ਹੁੰਦੀ ਹੈ ਤੇ ਉਹਨੇ ਇੱਕ ਗੱਲ ਅੱਜ ਦੇ ਟਾਈਮ 'ਚ ਹੋਗੀ ਤਾਂ ਅਸੀਂ ਉਹਨੂੰ ਪਿਛਲੀਆਂ 100 ਚੇਤੇ ਕਰਾ ਦਿੰਦੇ ਹਾਂ ਨਾ ਕਾਰਨ ਕੀ ਹੁੰਦਾ ਕਿਉਂਕਿ ਅਸੀਂ ਉਹਨੂੰ ਛੱਡਿਆ ਹੀ ਨਹੀਂ ਅਸੀਂ ਉਹਨੂੰ ਭੁੱਲੇ ਹੀ ਨਹੀਂ ਤੇ ਅਸੀਂ ਉਸ ਬੰਦੇ ਨੂੰ ਹੀ ਉਹਦੀਆਂ ਗਲਤੀਆਂ ਨਾਲ ਹੀ ਯਾਦ ਰੱਖਦੇ ਹਾਂ ਕਿ ਇਹਨੇ ਆ ਕੀਤਾ ਸੀ ਫਿਰ ਕਹਿੰਦੇ ਕਿ ਕਈ ਵਾਰੀ ਆਪਾਂ ਨੂੰ ਪਿੰਡ ਚੋਂ ਨਹੀਂ ਹੁੰਦਾ ਵੀ ਜੇ ਕੋਈ ਦਿਨ ਸੋਧ ਹੁੰਦਾ ਫਲਾਣਿਆਂ ਦੇ ਨਹੀਂ ਇਹ ਤਾਂ ਫਿਰ ਭਾਈ ਕਈ ਪੀੜੀਆਂ ਤੋਂ ਵਰਤ ਨਹੀਂ ਹੈਗੀ ਕਿਉਂ ਨਹੀਂ ਵਰਤਦੀ ਕਿਉਂਕਿ ਉਹਨਾਂ ਦੇ ਦਾਦੇ ਬਾਬਿਆਂ ਦੀਆਂ ਪਰਦਾਦਿਆਂ ਦੀ ਕੋਈ ਆਪਸ ਦੇ ਵਿੱਚ ਇੰਨੀ ਲੜਾਈ ਹੋ ਗਈ ਸੀ ਤੇ ਉਸ ਤੋਂ ਬਾਅਦ ਚਾਰ ਪੀੜੀਆਂ ਲੰਘ ਗਈ ਬੋਲਦੇ ਨਹੀਂ ਬੋਲਦੇ ਨਹੀਂ ਬਿਲਕੁਲ ਹਨ ਉਹ ਵੀ ਆਪਾਂ ਉਹ ਚੀਜ਼ਾਂ ਛੱਡਦੇ ਨਹੀਂ ਹੈਗੇ ਆਪਾਂ ਕਈ ਵਾਰੀ ਉਸ ਚੀਜ਼ ਦੀ ਕਿਸ ਦੇ ਵਿੱਚ ਕਿੱਡੀਆਂ-ਕਿੱਡੀਆਂ ਗਾਹਾਂ ਕਿ ਆਪਾਂ ਉਹ ਬਦਲੇ ਮਤਲਬ ਕਿ ਉਹ ਰੰਜਿਸ਼ਾਂ ਵੀ ਗਾਹਾਂ ਤੱਕ ਚਲਦੀਆਂ ਰਹਿੰਦੀਆਂ ਨੇ ਵੀ ਕਈ ਪੀੜੀਆਂ ਦਾ ਬਦਲਾ ਜਾ ਕੇ ਕਈ ਪੀੜੀਆਂ ਗਾਹਾਂ ਜਾ ਕੇ ਬੰਦਾ ਲੰਦਾ ਆ ਹਨਾ ਉੱਥੇ ਮੈਨੂੰ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਜ਼ਿੰਦਗੀ 'ਚ ਤੁਹਾਡੇ ਨਾਲ ਕੋਈ ਮਾੜਾ ਕਰਦਾ ਤੁਹਾਨੂੰ ਕੋਈ ਕੁਝ ਕਹਿੰਦਾ ਜਾਂ ਕੋਈ ਤੁਹਾਡੇ ਨਾਲ ਕੋਈ ਐਸੀ-ਵੇਸੀ ਹਰਕਤ ਹੁੰਦੀ ਹੈ ਤੁਸੀਂ ਉਹਦੇ ਤੋਂ ਸਬਕ ਜ਼ਰੂਰ ਲੈ ਸਕਦੇ ਹੋ ਜੀ ਤੁਹਾਨੂੰ ਚੰਗੇ ਮਾੜੇ ਬੰਦੇ ਪਰਖਣ ਦੀ ਜਾਂਚ ਵੀ ਆ ਜਾਂਦੀ ਆ ਕਿ ਇਹ ਇਸ ਬੰਦੇ ਨੂੰ ਮੈਂ ਆਪਣੇ ਸਰਕਲ ਚ ਰੱਖਣਾ ਜਾਂ ਨਹੀਂ ਰੱਖਣਾ ਹਨਾ ਪਰ ਉਹ ਤਾਂ ਚਲੋ ਬਹੁਤ ਦੂਰ ਦੀਆਂ ਗੱਲਾਂ ਨੇ ਜਿਵੇਂ ਕਈ ਵਾਰੀ ਛੋਟੀਆਂ-ਛੋਟੀਆਂ ਗੱਲਾਂ ਵੀ ਪਰਿਵਾਰਾਂ ਦੇ ਵਿੱਚ ਹੋਈਆਂ ਜਾਂ ਆਪਸੀ ਪਾਰਟਨਰਸ ਦੇ ਵਿੱਚ ਹੋਈਆਂ ਵੀ ਆਪਾਂ ਇਗਨੋਰ ਨਹੀਂ ਕਰਦੇ ਹੈਗੇ ਹਨਾ ਕਈ ਵਾਰੀ ਆਪਾਂ ਬਹੁਤ ਚੰਗਾ ਟਾਈਮ ਬੈਠੇ ਸਪੈਂਡ ਕਰ ਰਹੇ ਹੋਵਾਂਗੇ ਇਕੱਠੇ ਚਾਹ ਪੀ ਰਹੇ ਹੋਵਾਂਗੇ ਗੱਲਾਂ ਛੇੜ ਪੈਣਗੀਆਂ ਤਾਂ ਗੱਲਾਂ ਵੀ ਜਿਵੇਂ ਤੁਸੀਂ ਕਿਹਾ ਫਿਰ ਆਪਾਂ ਉਹੀ ਛੇੜਨੀਆਂ ਹੁੰਦੀਆਂ ਨੇ ਅੱਜ ਤੋਂ 6 ਸਾਲ ਪਹਿਲਾਂ ਤੂੰ ਮੈਨੂੰ ਕੀ ਕਿਹਾ ਸੀ ਹਨਾ ਕਿ ਅੱਜ ਤੋਂ 6 ਸਾਲ ਪਹਿਲਾਂ ਤੁਸੀਂ ਮੈਨੂੰ ਆਹ ਕਿਹਾ ਸੀਗਾ ਅੱਜ ਤੋਂ 6 ਸਾਲ ਪਹਿਲਾਂ ਫੁਲਾਣੇ ਘਰ ਦੇ ਮੈਂਬਰ ਨੇ ਮੇਰੇ ਨਾਲ ਐਂ ਕੀਤਾ ਸੀਗਾ ਹਨਾ ਆਪਾਂ ਚੰਗੇ ਟਾਈਮ 'ਚ ਵੀ ਤੁਹਾਡੀ ਗੱਲ ਸਹੀ ਹੈ ਕਿ ਆਪਾਂ ਮਾੜੀਆਂ ਚੀਜ਼ਾਂ ਹੀ ਯਾਦ ਕਰਦੇ ਰਹਿੰਨੇ ਆ ਵੀ ਜਿਵੇਂ ਨਰ ਵੀ ਆਪਣੇ ਅੰਦਰੋਂ ਖੁਰਚ-ਖੁਰਚ ਕੇ ਚੀਜ਼ਾਂ ਲਾਉਣ ਵਾਲੀ ਗੱਲ ਹੋ ਜਾਂਦੀ ਹੈ ਵੀ ਉਵੇਂ ਆਪਣੇ ਅੰਦਰੋਂ ਨਾ ਆਪਾਂ ਮੈਮਰੀ 'ਚੋਂ ਖੁਰਚੀਏ ਜਾਂਦੇ ਆ ਉਹਨੂੰ ਬਾਰ-ਬਾਰ ਆਪੋ ਨੂੰ ਐ ਨਹੀਂ ਵੀ ਹੋ ਗਿਆ ਲੰਘ ਗਿਆ ਦਫਾ ਕਰੋ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਵੀ ਦਫਾ ਕਰੋ ਲੰਘ ਗਿਆ ਟਾਈਮ ਤੁਸੀਂ ਉਸ ਟਾਈਮ ਨੂੰ ਯਾਦ ਕਰ ਕਰਕੇ ਅੱਜ ਜਿਹੜਾ ਤੁਹਾਡਾ ਚੰਗਾ ਟਾਈਮ ਚੱਲ ਰਿਹਾ ਤੁਸੀਂ ਉਹਨੂੰ ਕਿਉਂ ਖਰਾਬ ਕਰ ਰਹੇ ਹੋ ਹਨ ਤੇ ਦੂਸਰੀ ਗੱਲ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਦੀ ਹਰ ਗੱਲ ਦਾ ਵੀ ਤੁਹਾਡੇ ਤੇ ਅਸਰ ਨਹੀਂ ਹੋਣਾ ਚਾਹੀਦਾ ਬਿਲਕੁਲ ਕਈ ਲੋਕੀ ਨੇਗੇ ਉਹ ਸੱਚੀ ਪ੍ਰਾਇੋਰਟਾਈਜ਼ ਕਰਕੇ ਰੱਖਦੇ ਨੇਗੇ ਕਿ ਮੇਰੇ ਲਈ ਆਹ ਬੰਦਾ ਜ਼ਰੂਰੀ ਆ ਤੇ ਇਹਨਾਂ ਦੀ ਕਿਹੜੀ ਕਿਹੜੀ ਕਹੀ ਹੋਈ ਗੱਲ ਇਹਨਾਂ ਚ ਕਿਹਦੀ ਕਹੀ ਹੋਈ ਗੱਲ ਮੇਰੇ ਤੇ ਅਸਰ ਕਰਨੀ ਚਾਹੀਦੀ ਹੈ ਜਾਂ ਕਿੰਨਾਂ ਦੀ ਨਹੀਂ ਕਈ ਵਾਰੀ ਆਪਾਂ ਤੀਏ ਥਾਈ ਕੋਈ ਬੰਦਾ ਤੁਹਾਨੂੰ ਲੰਘਿਆ ਜਾਂਦਾ ਵੀ ਕੋਈ ਗੱਲ ਕਹਿ ਗਿਆ ਤੁਹਾਡੇ ਚਾਰ ਦਿਨ ਦਿਮਾਗ 'ਚ ਉਹੀ ਚੀਜ਼ਾਂ ਚੱਲੀ ਜਾਂਦੀਆਂ ਨੇ ਹਨਾ ਕਈ ਵਾਰ ਤੁਹਾਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਤੁਸੀਂ ਵੀ ਕਿਸੇ ਨੂੰ ਨਹੀਂ ਜਾਣਦੇ ਹੁੰਦੇ ਜਿਵੇਂ ਤੁਸੀਂ ਕਹੇ ਕਈ ਵਾਰ ਸੋਸ਼ਲ ਮੀਡੀਆ ਤੇ ਕੋਈ ਤੁਹਾਨੂੰ ਕੋਈ ਕਮੈਂਟ ਕਰ ਗਿਆ ਤੁਸੀਂ ਉਹਨੂੰ ਵੀ ਨਾਲ ਹੀ ਰੱਖ ਕੇ ਤੁਰੇ ਲਾ ਹਾਂ ਸਾਰਾ ਦੇ ਹਨਾ ਤੁਸੀਂ ਅਪਸੈਟ ਹੋ ਜਨਨੇ ਤੇ ਨਾਲ ਦੀ ਨਾਲ ਤੁਸੀਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਅਪਸੈਟ ਕਰ ਦਿੰਦੇ ਹੋ ਕਿ ਅੱਜ ਮੇਰਾ ਮੂਡ ਨਹੀਂ ਠੀਕ ਹੈਗਾ ਕਿਹਦੇ ਕਰਕੇ ਨਹੀਂ ਠੀਕ ਪਤਾ ਨਹੀਂ ਕੌਣ ਸੀ ਕੋਈ ਮੈਨੂੰ ਕੀ ਕਹਿ ਗਿਆ ਜਾਨੋ ਵੀ ਨਹੀਂ ਹੈਨਾ ਕੋਈ ਅਨਜਾਨ ਮੈਨੂੰ ਕੋਈ ਕੀ ਕਹਿ ਗਿਆ ਤੇ ਉਹਦੇ ਕਰਕੇ ਮੇਰਾ ਮੂਡ ਨਹੀਂ ਠੀਕ ਤੇ ਉਹਦੇ ਕਰਕੇ ਤੁਸੀਂ ਸਾਰਾ ਦਿਨ ਆਪਣਾ ਵੀ ਖਰਾਬ ਕਰ ਲੈਂਦੇ ਹੋ ਤੇ ਨਾਲ ਦੀ ਨਾਲ ਤੁਸੀਂ ਬਾਕੀ ਜੀਆਂ ਦਾ ਵੀ ਖਰਾਬ ਕਰਦੇ ਹੋ ਹੈਨਾ ਆਪਾਂ ਨਾ ਜਿਵੇਂ ਕਈ ਵਾਰੀ ਆਪਣੇ ਮੰਮੀ ਹੋਣੀ ਬੋਲ ਦਿੰਦੇ ਸੀ ਵੀ ਇਹਨੂੰ ਨਾ ਛੇੜੋ ਫਲਾਣਾ ਤਾਂ ਬਹੁਤ ਢੀਠਾ ਹੈਨਾ ਮੈਨੂੰ ਲੱਗਦਾ ਵੀ ਉਹ ਢੀਠ ਹੋਣਾ ਕਿੰਨਾ ਲਾਜ਼ਮੀ ਹੈ ਅੱਜ ਦੇ ਟਾਈਮ 'ਚ ਹੈਨਾ ਬਈ ਜੀ ਬਹੁਤ ਸੱਚੇ ਮੈਂ ਤਾਂ ਕਿਹਾ ਵੀ ਹਰ ਚੀਜ਼ 'ਚ ਲਾਜ਼ਮੀ ਆ ਢੀਠ ਹੋਣਾ ਹੈਨਾ ਵੀ ਤੁਸੀਂ ਕਿਸ ਕਿੰਨਾ ਆਪਣਾ ਮਾਨਸਿਕ ਨੁਕਸਾਨ ਕਈ ਵਾਰ ਆਪਾਂ ਉਹਨਾਂ ਲੋਕਾਂ ਲਈ ਕਰ ਲੈਂਦੇ ਆ ਜਿਹਦੇ ਨਾਲ ਸਾਨੂੰ ਪੂਰੀ ਜ਼ਿੰਦਗੀ ਵਾਹ ਨਹੀਂ ਪੈਣਾ ਜਿਵੇਂ ਤੁਸੀਂ ਕਹੇ ਕਿ ਉਹ ਕੰਨਾਂ ਨੂੰ ਤਾਂ ਅਸੀਂ ਜਾਣਦੇ ਵੀ ਨਹੀਂ ਹੁੰਦੇ ਕਿ ਇਹਨੇ ਕੀ ਮਤਲਬ ਕੌਣ ਬੰਦਾ ਜੀਨੇ ਮੇਰੇ ਬਾਰੇ ਇਦਾਂ ਦਾ ਮੈਸੇਜ ਭੇਜਿਆ ਜਾਂ ਇਦਾਂ ਦਾ ਸੁਨੇਹਾ ਲਿਖਿਆ ਹਨ ਤੇ ਆਪਾਂ ਉਹਦੇ ਲਈ ਕਿੰਨਾ ਸੋਚਦੇ ਆ ਮੈਨੂੰ ਤਾਂ ਨਾ ਜਿਵੇਂ ਆਪਾਂ ਮਨਜੀਤ ਭਾਜੀ ਨੂੰ ਆਜ਼ਦੇ ਉਹਨਾਂ ਨੇ ਵੀ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਐ ਲੱਗਦਾ ਹੁੰਦਾ ਵੀ ਸਾਲ ਥੋੜੀ ਰਹਿ ਗਏ ਹਨਾ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਜਦੋਂ ਪਿਛਾ ਮੁੜ ਕੇ ਦੇਖਦੇ ਆ ਵੀ ਯਾਰ ਅਸੀਂ ਜ਼ਿੰਦਗੀ ਦਾ ਕਿੰਨਾ ਅਰਸਾ ਸਿਰਫ ਲੋਕਾਂ ਬਾਰੇ ਸੋਚਦੇ ਕੱਢਤਾ ਅਸੀਂ ਕਿੰਨਾ ਕੁਛ ਆ ਜ਼ਿੰਦਗੀ 'ਚ ਜੋ ਪਾਇਆ ਨਹੀਂ ਜੋ ਅਸੀਂ ਖਾਧਾ ਨਹੀਂ ਜਿੱਥੇ ਅਸੀਂ ਗਏ ਨਹੀਂ ਕਿ ਲੋਕ ਕੀ ਕਹਿਣਗੇ ਪਰ ਇਹ ਚੀਜ਼ ਜੋ ਬਾਹਰ ਆਣਾ ਮਿਲਦਾ ਜਿੰਨਾ ਸੌਖਾ ਗੱਲ ਕਰਨਾ ਉਹਨਾ ਔਖਾ ਵੀ ਆ ਤੁਸੀਂ ਆਪਣੀਆਂ ਆਪਾ ਹੁਣ ਆਪਣੀਆਂ ਮੰਮੀਆਂ ਨਾਲ ਵੀ ਜੇ ਕੋਈ ਗੱਲ ਕਰਦੇ ਉਹ ਵੀ ਉਹਨਾਂ ਨੂੰ ਓਟ ਟਾਈਮ ਵੀ ਆਦਨ ਜਦੋਂ ਸੀ ਨਵੀਆਂ-ਨਵੀਆਂ ਵਿਆਹ ਕੇ ਆਈਆਂ ਸੀ ਸਾਡੇ ਨਾਲ ਐਂ ਕੀਤਾ ਇਹਨਾਂ ਨੇ ਹਨਾ ਜਾਂ ਅਸੀਂ ਬਥੇਰਾ ਤਾਂ ਦੇ ਪਿੱਟਿਆ ਅਸੀਂ ਬਥੇਰਾ ਐਂ ਕੀਤਾ ਕਿਸੇ ਨੇ ਕਦਰ ਨਹੀਂ ਕੀਤੀ ਇਹ ਪਤਾ ਨਹੀਂ ਤਾਂ ਹਿਊਮਨ ਨੇਚਰ ਆ ਆਪਣੇ ਜੇ ਕੋਈ ਸਾਡੇ ਨਾਲ ਮਾੜਾ ਕਰਦਾ ਸਾਨੂੰ ਉਹ ਜ਼ਿਆਦਾ ਚੇਤੇ ਰਹਿ ਜਾਂਦਾ بجائے ਇਸ ਦੇ ਕਿ ਸਾਨੂੰ ਚੰਗਾ ਚੇਤੇ ਰਵੇ ਹਨਾ ਪਰ ਜਿਵੇਂ ਹੁਣ ਆਪਾਂ ਇੱਥੇ ਬੈਠ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਨਾਲ ਨਹੀਂ ਲੈ ਕੇ ਚੱਲਣਾ ਚਾਹੀਦਾ ਹਨਾ ਪਰ ਪਤਾ ਨਹੀਂ ਕਿ ਮਨੁੱਖੀ ਸੁਭਾਅ ਆਪਣਾ ਕਿ ਆਪਾਂ ਸੱਚੀ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਆ ਪਰ ਉਹ ਨੁਕਸਾਨ ਕਿਦਾਂ ਕਰਦੀਆਂ ਨੇ ਉਹ ਨੁਕਸਾਨ ਆਪਣੇ ਹੀ ਕਰਦੀਆਂ ਕਈ ਵਾਰੀ ਅਸੀਂ ਦੇਖਣਾ ਵੀ ਸਾਡੇ ਮੰਮੀ ਇਕੱਲੇ ਬੈਠੇ ਹਨ ਗੁੱਸੇ 'ਚ ਕੁਝ ਬੋਲ ਰਹੇ ਨੇਗੀ ਫਿਰ ਉਹਨਾਂ ਨੇ ਕਿਹਾ ਕਿਹਦੇ ਨਾਲ ਗੱਲ ਕਰਦੇ ਸੀ ਫਿਰ ਉਹਨਾਂ ਨੇ ਹੱਸ ਪੈਣਾ ਉਹਨਾਂ ਨੂੰ ਕਹਿਣਾ ਵੀ ਕੋਈ ਚਿੱਤੇ ਆ ਗਿਆ ਸੀ ਪਰ ਉਹਨਾਂ ਨੇ ਕਿਹਾ ਆਹ ਹੋਵੇਂ ਚਿੱਤੇ ਆ ਗਏ ਸੀ ਬਥੇਰੀਆਂ ਹੋਈਆਂ ਨੇ ਇਦਾਂ ਹਨਾ ਕਿ ਅਸੀਂ ਇਕੱਲੇ ਬੈਠ ਕੇ ਵੀ ਜਾਂ ਉਹਦਾ ਵੀ ਜਾਂ ਦੇ ਚੰਗੇ ਚੰਗੇ ਟਾਈਮ 'ਚ ਵੀ ਅਸੀਂ ਉਹੀ ਚੀਜ਼ਾਂ ਨੂੰ ਹੀ ਯਾਦ ਕਰਨਾ ਜ਼ਿਆਦਾ ਤਰਜੀਹ ਦਿੰਨੇ ਆ ਕਿ ਜਿਹੜੀਆਂ ਕਿ ਸਾਨੂੰ ਉੱਚਾ ਰਵਾਉਂਦੀਆਂ ਨੇ ਜਾਂ ਸਾਨੂੰ ਦੁੱਖ ਦਿੰਦੀਆਂ ਨੇ ਹਨਾ ਇਸ ਸੁਭਾ ਸਾਡਾ ਪਰ ਮੈਨੂੰ ਲੱਗਦਾ ਕਿ ਇਹ ਸਾਨੂੰ ਬਦਲਣਾ ਚਾਹੀਦਾ ਆਪਦੇ ਚੰਗੇ ਲਈ ਹੀ ਸਾਨੂੰ ਬਦਲਣਾ ਚਾਹੀਦਾ ਕਿ ਬਹੁਤ ਜੋ ਪਿੱਛੇ ਹੋ ਗਿਆ ਉਹਨੂੰ ਅਸੀਂ ਛੱਡ ਦਈਏ ਜੋ ਅੱਜ ਚੱਲ ਰਿਹਾ ਸਿਰਫ ਉਹਦੇ ਨਾਲ ਸਾਡਾ ਮਤਲਬ ਹੋਵੇ ਵੀ ਅੱਜ ਮੇਰੇ ਨਾਲ ਸਾਰੇ ਕਿਵੇਂ ਨੇ ਅੱਜ ਮੈਂ ਕਿਹੜੇ ਹਾਲਾਤਾਂ ਦੇ ਵਿੱਚ ਆ ਅੱਜ ਕੌਣ ਮੇਰਾ ਕਿੰਨਾ ਕਰਦਾ ਹੈ ਜਾਂ ਕੌਣ ਮੇਰਾ ਨਹੀਂ ਕਰਦਾ ਅੱਜ ਦੇ ਟਾਈਮ ਨਾਲ ਮਤਲਬ ਰੱਖੋ ਅੱਗੇ ਪਿੱਛੇ ਤਾਂ ਮੈਨੂੰ ਲੱਗਦਾ ਸਾਨੂੰ ਭੁੱਲ ਕੇ ਚੱਲਣਾ ਚਾਹੀਦਾ ਹੈ ਨਾ ਕਈ ਵਾਰੀ ਕਹਿੰਦੇ ਨੇ ਉਹਦੇ ਵੀ ਫਲਾਣੇ ਨੇ ਤਾਂ ਨਾ ਕੁੜਕੜ ਕੇ ਖੂਨ ਸਾੜ ਲਿਆ ਹੈ ਨਾ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਸਮੇਂ ਚ ਆਪਣੇ ਆਪ ਨਾਲ ਇਹ ਕਰਦੇ ਆ ਨਾ ਕਿਸੇ ਨੇ ਕਿਹਾ ਸੀ ਇੱਕ ਵਾਰੀ ਕਿ ਵੀ ਜ਼ਿੰਦਗੀ ਚ ਨਾ ਤੁਸੀਂ ਕੁਝ ਨਹੀਂ ਪਲਾਨ ਕਰ ਸਕਦੇ ਤੁਸੀਂ ਸਿਰਫ ਮਿਹਨਤ ਕਰ ਸਕਦੇ ਹੋ ਨਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਚੁਣ ਸਕਦੇ ਕਿ ਇਹ ਮੇਰੀ ਜ਼ਿੰਦਗੀ 'ਚ ਹੋਣਗੇ ਹੈਨਾ ਉਹਨਾਂ ਨੂੰ ਕੁਦਰਤ ਚੁਣਦੀ ਆ ਤੁਹਾਡੇ ਲਈ ਕਿ ਇਹ ਤੁਹਾਡੀ ਜ਼ਿੰਦਗੀ 'ਚ ਆਉਣਗੇ ਆਉਣਗੇ ਜੋ ਉਹਨਾਂ ਨੇ ਤੁਹਾਡੇ ਨਾਲ ਕਰਨਾ ਉਹ ਜ਼ਿੰਦਗੀ 'ਚ ਕਰਨਗੇ ਹੀ ਕਰਨਗੇ ਪਰ ਇਹ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਹ ਸਭ ਕੁਝ ਕੀਤਾ ਹੋਇਆ ਚੁਣਨਾ ਜਾਂ ਨਹੀਂ ਚੁਣਨਾ ਇੱਕ ਦਿਨ ਜਦੋਂ ਮੈਂ ਆਪਾਂ ਸਟੂਡੀਓ 'ਤੇ ਸੀ ਮੈਂ ਦੱਸ ਰਹੀ ਸੀ ਵੀ ਇਹ ਇਹ ਬਹੁਤ ਲੋਕਾਂ ਨੂੰ ਸ਼ਾਇਦ ਛੋਟੀ ਜਿਹੀ ਕਹਾਣੀ ਪਤਾ ਹੋਵੇਗੀ ਕਿ ਇੱਕ ਕੋਈ ਰਾਜਾ ਲੰਘਿਆ ਜਾ ਰਿਹਾ ਸੀ ਹਨ ਤੇ ਉਹਨੂੰ ਕਿਸੇ ਫਕੀਰ ਨੇ ਸਲਾਮ ਨਹੀਂ ਕੀਤੀ ਉਹ ਕਹਿੰਦਾ ਕਿ ਦੁਨੀਆ ਦੇ ਲੋਕ ਮੈਨੂੰ ਸਲਾਮ ਕਰਦੇ ਆ ਤੂੰ ਕਿਉਂ ਨਹੀਂ ਕੀਤੀ ਹਨ ਉਹ ਕਹਿੰਦਾ ਕਿ ਮੈਂ ਤਾਂ ਮਤਲਬ ਧਿਆਨ ਹੀ ਨਹੀਂ ਦਿੱਤਾ ਕਿ ਤੂੰ ਰਾਜਾ ਮੈਂ ਤਾਂ ਸਮਝਦਾ ਹੀ ਨਹੀਂ ਤੂੰ ਰਾਜਾ ਹਨ ਇਸ ਧਰਤੀ ਤੇ ਸਾਰੇ ਬਰਾਬਰ ਨੇ ਉਹਨੇ ਉਹਨੂੰ ਬਹੁਤ ਗਾਲਾਂ ਕੱਢੀਆਂ ਫਕੀਰ ਨੂੰ ਤੇ ਫਿਰ ਉਹ ਕੱਢੀ ਗਿਆ ਗਾਲਾਂ ਅੱਧਾ ਪੌਣਾ ਘੰਟਾ ਤੇ ਉਹਨੂੰ ਫਕੀਰ ਨੂੰ ਫਿਰ ਵੀ ਨਹੀਂ ਅਸਰ ਹੋਇਆ ਉਹਨੇ ਪੁੱਛਿਆ ਵੀ ਤੈਨੂੰ ਅਸਰ ਕਿਉਂ ਨਹੀਂ ਹੋ ਰਿਹਾ ਉਹ ਕਹਿੰਦਾ ਵੀ ਤੂੰ ਕੱਢ ਰਿਹਾ ਮੈਂ ਥੋੜੀ ਲੈ ਰਿਹਾ ਹਾਂ ਹਾਂ ਵੀ ਤੂੰ ਕੱਢੀ ਜਾ ਤੇਰਾ ਸੁਭਾਅ ਹੈ ਤੇਰਾ ਤੇਰੀ ਫਿਤਰਤ ਹੈ ਐਵੇਂ ਹੀ ਮੈਨੂੰ ਲੱਗਦਾ ਸਾਡੇ ਆਲੇ ਦੁਆਲੇ ਸਾਰੇ ਲੋਕ ਇੱਕੋ ਤਰ੍ਹਾਂ ਦੇ ਨਹੀਂ ਹੋ ਸਕਦੇ ਕਿ ਜਿੰਨਾ ਦਾ ਮਨ ਮિજાਜ ਸਾਰਾ ਸਾਡੇ ਨਾਲ ਮਿਲੂਗਾ ਲੋਕੀ ਆਪਣੀ ਫਿਤਰਤ ਦੇ ਹਿਸਾਬ ਨਾਲ ਸਾਡੇ ਨਾਲ ਵਿਹਾਰ ਕਰਦੇ ਨੇ ਕਈਆਂ ਲਈ ਕਿਸੇ ਦੀ ਕੁੜੀ ਦਾ ਹਰ ਰੋਜ਼ ਕਿਤੇ ਬਾਹਰ ਜਾਣਾ ਕੁਝ ਸਿੱਖਣ ਕੁਝ ਪੜ੍ਹਨ ਲਈ ਜਾਣਾ ਹੋ ਸਕਦਾ ਤੇ ਕਈਆਂ ਲਈ ਉਸੇ ਕੁੜੀ ਦਾ ਬਾਹਰ ਜਾਣਾ ਉਹਦੇ ਕੈਰੈਕਟਰ ਦਾ ਪੂਰਾ ਤਾਣਾ ਬਾਣਾ ਬੁਣ ਦਿੰਦੇ ਨੇ ਉਹ ਲੋਕ ਹਨ ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਆਲੇ ਦੁਆਲੇ ਨੇ ਕਈਆਂ ਨੂੰ ਸਾਡੀ ਉਹੀ ਚੀਜ਼ ਕਿੰਨੀ ਚੰਗੀ ਲੱਗਦੀ ਆ ਤੇ ਕਈ ਸਾਡੀ ਉਸੇ ਸ਼ੈਤ ਤੋਂ ਨਫ਼ਰਤ ਕਰ ਰਹੇ ਹੁੰਦੇ ਨੇ ਫਿਰ ਇਹ ਤਾਂ ਅਸੀਂ ਦੇਖਣਾ ਕਿ ਵਾਕਈ ਅਸੀਂ ਉਹ ਕੋਈ ਸਾਹਮਣੇ ਵਾਲਾ ਬੰਦਾ ਸ਼ੀਸ਼ਾ ਤਾਂ ਨਹੀਂ ਵੀ ਜਿਹਦੇ ਢੰਗ ਨਾਲ ਹੀ ਅਸੀਂ ਆਪਣੇ ਆਪ ਨੂੰ ਦੇਖਣ ਲੱਗ ਜਾਾਂਗੇ ਹਨਾ ਮੈਂ ਥੋੜੇ ਜਿਹੇ ਸਮੇਂ ਚ ਗਿਰਦੀ ਸੱਚੀ ਆਪਣੇ ਆਪ ਚ ਬਹੁਤ ਚੀਜ਼ਾਂ ਸਿੱਖੀਆਂ ਨੇ ਪਹਿਲੀ ਚੀਜ਼ ਮੈਂ ਇਹ ਸਿੱਖੀ ਆ ਕਿ ਆਪਦੇ ਸਰੀਰ ਲਈ ਆਪਦੀ ਮਾਨਸਿਕਤਾ ਲਈ ਆਪਦੇ ਕੰਮਾਂ ਲਈ ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਹਨਾ ਉਹ ਜੇ ਤੁਸੀਂ ਹੈਗੇ ਹੋ ਤਾਂ ਸਿਰਫ ਆਪਣੇ ਆਪ ਨੂੰ ਤੇ ਇਸੇ ਲਈ ਨਾ ਹੀ ਤੁਹਾਡੇ ਨਾਲ ਤਮਾਮ ਉਮਰ ਕਿਸੇ ਨੇ ਚੱਲਣਾ ਤੁਹਾਡੇ ਬੱਚੇ ਨੇ ਕੱਲੋਂ ਉਹਨਾਂ ਨੇ ਉਡਾਰ ਹੋ ਕੇ ਬਾਹਰ ਨਿਕਲ ਜਾਣਾ ਤੁਹਾਡੇ ਪਰਿਵਾਰ ਦੇ ਤੁਹਾਡੇ ਮਾਪਿਓ ਬੇਸ਼ੱਕ ਹੋਣਗੇ ਉਹ ਵੀ ਆਪਣੀਆਂ ਜ਼ਿੰਮੇਵਾਰੀਆਂ ਰਹਿ ਕੇ ਤੁਹਾਨੂੰ ਉਹਨਾਂ ਨੇ ਵੀ ਅੱਗੇ ਤੋਰਤਾ ਹਨਾ ਜ਼ਿੰਦਗੀ 'ਚ ਹਰ ਬੰਦੇ ਨੂੰ ਟਾਈਮ ਟੂ ਟਾਈਮ ਇੱਕ ਰਿਸ਼ਤਾ ਮਿਲਦਾ ਪਰ ਉਹ ਰਿਸ਼ਤਾ ਥੋਡੀ ਪੂਰੀ ਜ਼ਿੰਦਗੀ ਨਹੀਂ ਬਣਨਾ ਚਾਹੀਦਾ ਉਹਦੇ ਵੱਲੋਂ ਕਈਆਂ ਗੱਲਾਂ ਤੁਹਾਡਾ ਕੈਰੈਕਟਰ ਨਹੀਂ ਬਣ ਜਾਣਾ ਚਾਹੀਦੀਆਂ ਤੁਸੀਂ ਆਪਣੇ ਆਪ ਨੂੰ ਉਸ ਤਸਵੀਰ 'ਚ ਨਾ ਦੇਖਣ ਲੱਗ ਜਾਓ ਮੈਨੂੰ ਲੱਗਦਾ ਕਿ ਤੁਸੀਂ ਇਹ ਸੋਚੋ ਕਿ ਜ਼ਿੰਦਗੀ ਮੈਨੂੰ ਆਪਣੇ ਲਈ ਵੀ ਮਿਲੀ ਆ ਤੇ ਮੈਂ ਇਹਨੂੰ ਆਪਣੇ ਆਪ 'ਚ ਬਿਹਤਰੀ ਕਰਕੇ ਜਿਉਣਾ ਦਫ਼ਤਰਾਂ 'ਚ ਕਿਸੇ ਨੇ ਕੀ ਕਿਹਾ ਘਰਾਂ 'ਚ ਕਿਸੇ ਨੇ ਕੀ ਕਿਹਾ ਬਸ ਤੁਹਾਨੂੰ ਕਿਸੇ ਨੇ ਮੇਣਾ ਮਾਰਤਾ ਫਲਾਣੀ ਜਗ੍ਹਾ ਤੇ ਰਿਸ਼ਤੇਦਾਰਾਂ ਨੇ ਕਿਸੇ ਫੰਕਸ਼ਨ 'ਚ ਤੁਹਾਨੂੰ ਮੇਣਾ ਮਾਰਤਾ ਇਹ ਤਾਂ ਮੇਨੂੰ ਲੱਗਾ ਕੂੜੇ ਦਾ ਟੋਕਰਾ ਵੀ ਜਿੰਨਾ ਇਹਨੂੰ ਚੁੱਕ ਕੇ ਢੇਚ ਪਾਈ ਜਾਓਗੇ ਤੁਹਾਡਾ ਅੰਦਰ ਹੀ ਮਿਸ਼ਕਾ ਦੇਗਾ ਇੱਕ ਦਿਨ ਹਨਾ ਤੇ ਮੈਂ ਤਾਂ ਜਿਵੇਂ ਸਾਰਿਆਂ ਨੂੰ ਕਹਿੰਨੀ ਨਾ ਮੈਨੂੰ ਕੋਈ ਪੁੱਛਦਾ ਹੁਣ ਅੱਜਕੱਲ ਤੂੰ ਤੂੰ ਕਿਵੇਂ ਇੰਨੀ ਬੇਅਸਰੀ ਜੀ ਹੋਈ ਪਈ ਆ ਮੈਂ ਕਿਭੀ ਦੇਖੋ ਪਹਿਲਾਂ ਮੈਂ ਬੰਦੇ ਨੂੰ ਅਵਾਈਡ ਕਰਦੀ ਆ ਫਿਰ ਮੈਂ ਉਹਨੂੰ ਉਹਦਾ ਫੋਨ ਚੁੱਕਣਾ ਬੰਦ ਕਰ ਦਿੰਨੀ ਆ ਫਿਰ ਮੈਨੂੰ ਬਲੌਕ ਕਰ ਦਿੰਨੀ ਆ ਨਾ ਤੇ ਉਹ ਸੱਚੀ ਇੰਨੀ ਆਰਾਮ ਵਾਲੀ ਫੀਲਿੰਗ ਆ ਵੀ ਤੁਸੀਂ ਸੋਚ ਨਹੀਂ ਸਕਦੇ ਉਸ ਚੀਜ਼ ਨੂੰ ਹਾਂ ਇਹ ਵੀ ਚੀਜ਼ ਹੈਗੀ ਆ ਕਿ ਜੇ ਤੁਹਾਨੂੰ ਕਿਸੇ ਤੋਂ ਤੰਗੀ ਆ ਜਾਂ ਤੁਹਾਨੂੰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਵਾ ਤਾਂ ਮਤਲਬ ਇਹਦੇ ਨਾਲੋਂ ਚੰਗਾ ਕਿ ਤੁਸੀਂ ਚੁੱਪ ਵਾਟੋ ਹਾਂ ਤੁਸੀਂ ਦੂਰ ਰਹੋ ਤਾਂ ਉਹਨੂੰ ਦੂਰ ਰਹਿਣਾ ਤਾਂ ਤੁਹਾਡਾ ਹੱਕ ਆ ਨਾ ਤੁਸੀਂ ਰਹਿ ਸਕਦੇ ਹੋ ਹਾਂ ਤੇ ਦੂਸਰੀ ਗੱਲ ਕਿਸੇ ਤੋਂ ਨਾ ਬਹੁਤੇ ਚੰਗੇ ਦੀ ਕੋਈ ਉਮੀਦ ਵੀ ਨਾ ਰੱਖੋ ਕਿ ਤੁਹਾਡੇ ਨਾਲ ਕੋਈ ਬਹੁਤਾ ਕਰੂਗਾ ਮੈਨੂੰ ਲੱਗਦਾ ਕਿ ਕਈ ਵਾਰੀ ਦੂਜਿਆਂ ਤੋਂ ਤੁਸੀਂ ਉਮੀਦਾਂ ਕਰਦੇ ਰਹਿੰਦੇ ਹੋ ਤੁਸੀਂ ਆਪਣੇ ਆਪ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੁੰਦੇ ਹੋ ਹਨ ਮਨ ਲੂ ਕਿ ਤੁਹਾਡਾ ਕੋਈ ਜਨਮ ਦਿਨ ਕਿਸੇ ਨੇ ਤੁਹਾਨੂੰ ਨਹੀਂ ਵੇਸ਼ ਕੀਤਾ ਹੈਗਾ ਆਪਾਂ ਨੂੰ ਜੇ ਚਾਰ ਜਣੇ ਨੇ ਵੇਸ਼ ਕੀਤਾ ਉਹ ਨਹੀਂ ਆਪਣੇ ਲਈ ਮਾਇਨੇ ਰੱਖਦਾ ਇੱਕ ਜੀ ਨੇ ਨਹੀਂ ਕੀਤਾ ਸਾਨੂੰ ਸਾਰਾ ਸਾਲ ਉਹੀ ਉਹੀ ਰੜਕੀ ਅਗਲੇ ਬਰਥਡੇ ਤੱਕ ਸਾਨੂੰ ਉਹੀ ਚਿੱਤੇ ਆਉਂਦਾ ਰਹਿੰਦਾ ਕਿ ਯਾਰ ਉਹਨੇ ਮੈਨੂੰ ਪਿਛਲੇ ਬਰਡੇ ਤੇ ਨਹੀਂ ਵੇਸ਼ ਕੀਤਾ ਸੀਗਾ ਪਰ ਜੇ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਚੋਂ ਚੁੱਪਚਾਪ ਨਾਲ ਨਿਕਲ ਸਕਦੇ ਹੋ ਦੀ ਜ਼ਿੰਦਗੀ ਚੋਂ ਜਾਂ ਜੇ ਮਤਲਬ ਕਿਸੇ ਨੂੰ ਕਿਸੇ ਨੂੰ ਤੁਸੀਂ ਨਹੀਂ ਚੰਗੇ ਲੱਗਦੇ ਜਾਂ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਹੈਗਾ ਤਾਂ ਤੁਸੀਂ ਦੋਨੋਂ ਪਾਸਿਓਂ ਉਸ ਪਰਸਨ ਨੂੰ ਚੁੱਪਚਾਪੀ ਤੇ ਮਾਈਨਸ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ ਬੁਲਾਉਣਾ ਛੱਡ ਦਿਓ ਜਾਂ ਕੋਸ਼ਿਸ਼ ਕਰਨਾ ਛੱਡ ਦਿਓ ਤੁਸੀਂ ਬਸ ਉਹਨਾਂ ਦੀਆਂ ਗੱਲਾਂ ਤੇ ਗੌਰ ਕਰਨੀ ਛੱਡ ਦਿਓ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਬਹੁਤ ਜ਼ਿਆਦਾ ਅਟੈਂਸ਼ਨ ਦੇਣੀ ਬੰਦ ਕਰ ਦਿਓ ਤੇ ਉਹ ਆਪਣੇ ਆਪ ਤੁਹਾਡੀ ਜ਼ਿੰਦਗੀ ਚ ਹੌਲੀ 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 ਖਤਮ ਹੁੰਦੇ ਜਾਂਦੇ ਨੇ ਜਿੰਨੀ ਵੀ ਅਸੀਂ ਕਿਸੇ ਦੇ ਕਹੇ ਨੂੰ ਇੰਪੋਰਟੈਂਸ ਦਿੰਨੇ ਆ ਮੰਨ ਲਓ ਵੀ ਮੈਂ ਤੁਹਾਨੂੰ ਕੁਝ ਕਹਤਾ ਕੁਝ ਮਾੜਾ ਕਿਹਾ ਤਾਂ ਮੈਨੂੰ ਵੀ ਪਤਾ ਮੈਂ ਤੁਹਾਨੂੰ ਕੁਝ ਮਾੜਾ ਕਿਹਾ ਤੁਹਾਡਾ ਦਿਲ ਦਿਖਾਉਣ ਲਈ ਕਿਹਾ ਹਨ ਜੇ ਤੁਸੀਂ ਉਸ ਚੀਜ਼ ਦਾ ਅਸਰ ਕਰੋਗੇ ਨਾ ਤਾਂ ਉਹ ਚੀਜ਼ ਮੈਨੂੰ ਹੋਰ ਸਟਰੈਂਥ ਦੇਊਗੀ ਕਿ ਮੈਂ ਇਹਨੂੰ ਹੋਰ ਤੰਗ ਕਰਾਂ ਹਾਂ ਮੈਂ ਇਹਨੂੰ ਡਿਸਟਰਬ ਕਰ ਸਕਦਾ ਹਾਂ ਇੱਕ ਛੋਟੀ ਜਿਹੀ ਗੱਲ ਜਿਨਿਆਣਾ ਆਪਾਂ ਨੂੰ 19 ਡੇਅ ਤੱਕ ਤੰਗ ਕਰਦਾ ਜਿੰਨੀ ਦੇਰ ਤੱਕ ਅਸੀਂ ਰੈਕਟ ਕਰਦੇ ਰਹਿੰਦੇ ਜਦੋਂ ਅਸੀਂ ਚੁੱਪ ਕਰਕੇ ਬਹਿ ਜਾਂਦੇ ਉਹਨੂੰ ਪਤਾ ਲੱਗਦਾ ਵਾ ਵੀ ਹੁਣ ਮਾਵਾ ਪੱਗਿਓ ਰੈਕਟ ਨਹੀਂ ਕਰ ਰਹੇ ਹੈਗੇ ਉਹ ਆਪਣੇ ਆਪ ਹਟ ਜਾਂਦਾ ਤਾਂ ਇਹ ਸਵਾ ਸਿਰਫ ਨਿਆਣੇ ਦਾ ਨਹੀਂ ਹੁੰਦਾ ਪੂਰੇ ਸਮਾਜ ਦਾ ਹੀ ਸਵਾ ਜਿੰਨੀ ਦੇਰ ਤੱਕ ਤੁਸੀਂ ਰੈਕਟ ਕਰਦੇ ਰਹੋਗੇ ਉਹਨਾਂ ਦੀਆਂ ਗੱਲਾਂ ਦਾ ਤੁਹਾਡੇ ਤੇ ਅਸਰ ਹੁੰਦਾ ਰਹੂਗਾ ਤਾਂ ਉਨੀ ਦੇਰ ਤੱਕ ਉਹ ਲੋਕ ਤੁਹਾਨੂੰ ਕਹਿੰਦੇ ਹੀ ਰਹਿਣਗੇ ਜਦੋਂ ਬੰਦੇ ਨੂੰ ਦਿਖਣ ਲੱਗ ਜਾਂਦਾ ਨਾ ਵੀ ਇਹਦੇ ਤਾਂ ਉਸ ਗੱਲ ਦਾ ਅਸਰ ਹੀ ਨਹੀਂ ਹੋਇਆ ਹੈਗਾ ਹਨਾ ਜਿਵੇਂ ਮੈਂ ਕਈ ਵਾਰੀ ਆਪਣੀ ਫੈਮਲੀ ਚ ਮੈਂ ਬਹੁਤ ਐਗਜ਼ਾਮਪਲਸ ਦਿਨੀ ਹੁੰਦੀ ਹੈ ਕਿ ਮੰਮੀ ਨੂੰ بڑے ਲੋਕੀ ਸਾਡੇ ਆਪ ਦੇ ਚਾਚੇ ਤਾਇਆ ਆਸਗਵਾਨੀ ਬੜਾ ਆ ਕੇ ਕਹਿੰਦੇ ਹੁੰਦਾ ਸੀਗਾ ਤੁਸੀਂ ਗਲਤ ਕਰ ਰਹੇ ਹੋ ਕੁੜੀਆਂ ਨੂੰ ਪੜਾਈ ਜਾਨੇ ਹੋ ਇਹਨਾਂ ਨੂੰ ਵਿਆਹ ਕੇ ਤੋੜ ਦੋ ਇਨਾਂ ਨੂੰ ਵਿਆਹ ਕੇ ਐਂ ਕਰ ਦੋ ਹਲੇ ਸਾਡੀ ਉਮਰਾਂ ਕੀ ਸੀਗੀਆਂ ਉਹਨਾਂ 18 19 19 ਸਾਲ ਦੀਆਂ ਸੀਗੀਆਂ ਤਾਂ ਮੰਮੀ ਉਸ ਚੀਜ਼ ਤੇ ਗੌਰ ਹੀ ਨਹੀਂ ਸੀ ਕਰਦੇ ਉਹਦੇ ਉਹ ਸੁਣਦੇ ਹੀ ਨਹੀਂ ਸੀਗੇ ਤਾਂ ਹੌਲੀ-ਹੌਲੀ ਉਹਨਾਂ ਨੇ ਕਹਿਣਾ ਬੰਦ ਕਰਤਾ ਹੈਨਾ ਪਰ ਮੈਂ ਕਿਹਨੀਆਂ ਜੇ ਸੁਣ ਕੇ ਤੁਸੀਂ ਗੌਰ ਕਰਦੇ ਹੋ ਅਗਲੇ ਨੂੰ ਉਹ ਚੀਜ਼ ਮੋਟੀਵੇਟ ਕਰਦੀ ਵੀ ਤੁਹਾਨੂੰ ਹੋਰ ਚਾਰ ਚੀਜ਼ਾਂ ਕਹੇ ਤੇ ਤੁਹਾਡੀ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਇਹ ਦਿਨਾਂ ਨੂੰ ਚੰਗਾ ਜੇ ਤੁਹਾਨੂੰ ਕੋਈ ਨਹੀਂ ਚੰਗਾ ਲੱਗ ਰਿਹਾ ਹੈਗਾ ਜਾਂ ਕਿਸੇ ਦੀ ਦਖਲਅੰਦਾਜ਼ੀ ਤੁਹਾਨੂੰ ਆਪਦੀ ਜ਼ਿੰਦਗੀ ਚ ਨਹੀਂ ਚੰਗੀ ਲੱਗ ਰਹੀ ਉਹਨਾਂ ਦਾ ਕੁਝ ਕਹਾ ਨਹੀਂ ਚੰਗਾ ਲੱਗ ਰਿਹਾ ਤਾਂ ਉਹਨੀਆਂ ਗੱਲਾਂ ਤੇ ਰੈਕਟ ਕਰਨਾ ਹੀ ਬੰਦ ਕਰ ਦਿਓ ਉਹਨੀਆਂ ਗੱਲਾਂ ਤੇ ਰਿਸਪੌਂਸ ਦੇਣਾ ਹੀ ਬੰਦ ਕਰ ਦਿਓ ਕਿਸੇ ਪਰਿਵਾਰ ਦੇ ਮੈਂਬਰ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਦੇ ਕਿਸੇ ਜੀ ਨੂੰ ਇਹ ਨਾ ਜਾ ਕੇ ਕਹੋ ਫਲਾਣੇ ਬੰਦੇ ਨੇ ਮੈਨੂੰ ਆ ਚੀਜ਼ ਕਹੀ ਆ ਬਿਲਕੁਲ ਉਹਨੇ ਤੁਹਾਨੂੰ ਕਹੇ ਤੇ ਉਹਨੂੰ ਸੁਣ ਕੇ ਉੱਥੇ ਛੱਡ ਦਿਓ ਹਾਂ ਅਸੀਂ ਆਪਣੇ ਘਰੇ ਖਲਾਰਾ ਪਾ ਲੈਨੇ ਆ ਹਾਂ ਜੇ ਤੁਹਾਨੂੰ ਪਤਾ ਲੱਗਦਾ ਕਿ ਉਹ ਬੰਦੇ ਨੇ ਤੇ ਰੈਕਟ ਹੀ ਨਹੀਂ ਕੀਤਾ ਹਮ ਆਪਾਂ ਉੱਥੇ ਛੱਡ ਦਿੰਨੇ ਆ ਯਾਰ ਇਹਦੇ ਤੇ ਅਸਰ ਹੈ ਨੀਗਾ ਕਿਸੇ ਚੀਜ਼ ਦਾ ਹਨਾ ਸੋ ਚਾਹੇ ਤੁਹਾਡੇ ਨਾਲ ਪਰਿਵਾਰ ਚ ਕੁਛ ਇਦਾਂ ਦਾ ਹੋ ਰਿਹਾ ਕਿ ਤੁਹਾਨੂੰ ਕਿਸੇ ਇੱਕ ਸਿਚੁਏਸ਼ਨ ਤੇ ਪਰਿਵਾਰਕ ਮੈਂਬਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਤੁਹਾਨੂੰ ਕਿਸੇ ਰਿਸ਼ਤੇਦਾਰ ਵੱਲੋਂ ਕੀਤਾ ਜਾ ਰਿਹਾ ਦੋਸਤ ਮਿੱਤਰ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਤੁਹਾਡੇ ਕੰਮ ਤੇ ਤੰਗ ਕੀਤਾ ਜਾ ਰਿਹਾ ਮਤਲਬ ਮਤਲਬ ਇਦਾਂ ਹੀ ਤੁਹਾਨੂੰ 네ਗੇਟਿਵ ਕਰਨ ਦੇ ਲਈ ਸਨਾਇਆ ਜਾ ਰਿਹਾ ਤਮ ਮੇਕ ਨਹੀਂ ਉਹਨਾਂ ਚੀਜ਼ਾਂ ਤੇ ਜਦੋਂ ਤੱਕ ਤੁਸੀਂ ਰੈਕਟ ਕਰਦੇ ਰਹੋਗੇ ਉਹ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਰਹਿਣਗੀਆਂ ਜਿੰਦੋਂ ਤੁਸੀਂ ਉਹਦੇ ਤੇ ਰੈਕਟ ਕਰਨਾ ਬੰਦ ਕਰਦੇ ਹੋਗੇ ਤਾਂ ਉਹ ਚੀਜ਼ਾਂ ਵੀ ਤੁਹਾਨੂੰ ਸੁਣਨੀਆਂ ਬੰਦ ਹੋ ਜਾਣਗੀਆਂ ਹਨ ਬਜਾਏ ਇਸ ਦੇ ਕਿ ਆਪਾਂ ਉਹਨਾਂ ਦੇ ਨਾਲ ਜਾ ਕੇ ਲੜੀਏ ਤੁਸੀਂ ਸਾਨੂੰ ਐ ਕਿਹਾ ਜਾਂ ਫਿਰ ਉਹਨਾਂ ਦੇ ਕਰਕੇ ਅਸੀਂ ਆਪਣਾ ਕੋਈ ਰਿਸ਼ਤਾ ਖਰਾਬ ਕਰ ਲਈਏ ਵੀ ਮੈਨੂੰ ਉਹਨਾਂ ਨੇ ਐ ਕਿਹਾ ਤੁਸੀਂ ਬੋਲੋ ਜਾਂ ਮੇਰੇ ਤੇ ਇਸ ਚੀਜ਼ ਦਾ ਅਸਰ ਹੋ ਰਿਹਾ ਹਨ ਬਚਾਏ ਇਸ ਤੇ ਉਸ ਬੰਦੇ ਦੀ ਗਲਤੀ ਰੈਕਟ ਕਰਨਾ ਹੀ ਬੰਦ ਕਰ ਦਿਓ ਹੈਨਾ ਕਈ ਲੋਕਾਂ ਦੇ ਮਨ ਚ ਤਾਂ ਨਾ ਪ੍ਰਵਾਹ ਇੰਨੀ ਜ਼ਿਆਦਾ ਬੈਠ ਜਾਂਦੀ ਆ ਵੀ ਕਿੰਨੀਆਂ ਚੀਜ਼ਾਂ ਨੇ ਕਈ ਵਾਰੀ ਮੈਂ ਜਦੋਂ ਕਿਸੇ ਪੜੀ ਲਿਖੀ ਕੁੜੀ ਨੂੰ ਹੈਨਾ ਸੁਣਦੀ ਹੁੰਦੀ ਆ ਕਿ ਉਹਨੇ ਕਿਸੇ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ ਜਾਂ ਬੱਚੇ ਨੇ ਜਿਹੜੇ ਜਿਨ੍ਹਾਂ ਦਾ ਕਿਸੇ ਨਾਲ ਬ੍ਰੇਕਅਪ ਹੋ ਗਿਆ ਜਾਂ ਇਮੋਸ਼ਨਲੀ ਜਿਹੜਾ ਬੰਦਾ ਟੁੱਟ ਗਿਆ ਹੈਨਾ ਜਦੋਂ ਮੈਂ ਇਹ ਜਿਹਾ ਕੁਝ ਪੜ੍ਹਦੀ ਆ ਕਿ ਉਸ ਬੰਦੇ ਨੇ ਆਤਮ ਹੱਤਿਆ ਕਰਤੀ ਆਤਮ ਹੱਤਿਆ ਕੀਤੀ ਹੈਨਾ ਮੈਨੂੰ ਲੱਗਦਾ ਹੁੰਦਾ ਵੀ ਯਾਰ ਅਸੀਂ ਇੰਨੀ ਜ਼ਿਆਦਾ ਪ੍ਰਵਾਹ ਕਰਦੇ ਆ ਕਿਸੇ ਦੀ ਕਿ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਪਤਾ ਨਹੀਂ ਕਿਵੇਂ ਸਾਨੂੰ ਮਿਲਿਆ ਹਨਾ ਸਾਨੂੰ ਉਹਦੀ ਵੀ ਕੀਮਤ ਨਹੀਂ ਰੰਦੀ ਦੇਖ ਲਓ ਵੀ ਆਪਣੇ ਆਪ ਨਾਲੋਂ ਸਾਨੂੰ ਜ਼ਿਆਦਾ ਦੂਜਾ ਜ਼ਰੂਰੀ ਲੱਗਦਾ ਦੂਜਾ ਕੀ ਸੋਚਦਾ ਇਹ ਇਹ ਸਾਡੇ ਲਈ ਜ਼ਿਆਦਾ ਲਾਜ਼ਮੀ ਹੈ ਨਾ ਪਿੱਛੇ ਜੇ ਇੱਕ ਕੁੜੀ ਸੀਗੀ ਡਾਕਟਰ ਤੇ ਉਹਨੇ ਇਦਾਂ ਹਨਾ ਆਤਮ ਹੱਤਿਆ ਕੀਤੀ ਤੇ ਉਹਦੇ ਫਾਦਰ ਇੰਟਰਵਿਊ ਚੱਲ ਰਿਹਾ ਉਹ ਦੱਸ ਰਹੇ ਨੇ ਕਿ ਅਸੀਂ 95 ਲੱਖ ਰੁਪਏ ਵਿਆਹ ਤੇ ਲਾਇਆ ਹਨਾ ਤੇ ਅਸੀਂ ਉਹਨੂੰ ਕਹਿੰਦੇ ਰਹੇ ਕਿ ਤੂੰ ਵਾਪਸ ਆ ਜਾ ਵਾਪਸ ਆ ਜਾ ਹਨਾ ਉਹ ਕਹਿੰਦੀ ਕਿ ਨਹੀਂ ਮੈਨੂੰ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਆ ਮੈਂ ਇਹਦੇ ਬਿਨਾ ਨਹੀਂ ਰਹਿ ਸਕਦੀ ਤੇ ਮੈਨੂੰ ਲੱਗਿਆ ਵੀ ਯਾਰ ਉਹ ਬੱਚਾ ਕਿੰਨਾ ਬੇਵਕੂਫ ਹੋਊਗਾ ਇੱਕ ਨਾਲ ਹਨਾ ਕਿ ਉਹਨੂੰ ਇਹ ਨਹੀਂ ਲੱਗਿਆ ਕਿ ਜਿਹੜੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਜਿਹੜੇ ਚਾਹੁੰਦੇ ਨੇ ਮੈਂ ਜਿਉਂਦੀ ਰਵਾਂ ਉਹ ਮੈਨੂੰ ਵਾਪਸ ਬੁਲਾ ਰਹੇ ਨੇ ਤੇ ਇੱਕ ਬੰਦਾ ਜਿਹੜਾ ਮੈਨੂੰ ਬਿਲਕੁਲ ਹੀ ਨਹੀਂ ਕਰਦਾ ਉਹਦੇ ਪਿੱਛੇ ਮੈਂ ਆਪਣੀ ਜਾਨ ਦੇ ਰਹੀ ਆ ਮੈਂ ਜਿਹੜੇ ਪਿਆਰ ਕਰਦੇ ਨੇ ਉਹਨਾਂ ਪਿੱਛੇ ਵਾਪਸ ਨਹੀਂ ਜਾ ਰਹੀ ਹਨਾ ਤੇ ਇਹ ਸਾਰਾ ਕੁਝ ਕੀ ਆ ਇਹ ਪ੍ਰਵਾਹ ਹੀ ਆ ਸਾਨੂੰ ਦੁਨੀਆ ਨੇ ਸਿਖਾਤਾ ਕਿ ਕਿਸੇ ਰਿਸ਼ਤੇ ਦਾ ਟੁੱਟਣਾ ਤੁਹਾਡੀ ਇੱਜ਼ਤ ਲੈ ਜਾਂਦਾ ਹਨਾ ਤੁਹਾਡੀ ਦੁਨੀਆ 'ਚ ਉਹ ਇੱਜ਼ਤ ਨਹੀਂ ਰਹਿੰਦੀ ਉਹ ਵੈਲਿਊ ਨਹੀਂ ਰਹਿੰਦੀ ਸੇਮ ਚੀਜ਼ ਅਸੀਂ ਇਹੀ ਸਮਝਦੇ ਹਾਂ ਕਿ ਜਦੋਂ ਸਾਡੇ ਬਾਰੇ ਕਿਸੇ ਨੇ ਨੈਗੇਟਿਵ ਕਿਹਾ ਇਹਦਾ ਮਤਲਬ ਮੇਰੀ ਕੋਈ ਵੈਲਿਊ ਨਹੀਂ ਹੈਗੀ ਅਸੀਂ ਉਸ ਵੈਲਿਊ ਨੂੰ ਪ੍ਰੂਫ ਕਰਨ ਲਈ ਫਿਰ ਕਈ ਵਾਰੀ ਸਹੀ ਫੈਸਲੇ ਵੀ ਕਰ ਲੈਂਦੇ ਆ ਤੇ ਕਈ ਵਾਰੀ ਇਦਾਂ ਦੇ ਗਲਤ ਵੀ ਕਰਦੇ ਆ ਜਿਵੇਂ ਜਦੋਂ ਕੋਈ ਮਰਦਾ ਉਹ ਲਿਖ ਕੇ ਜਾਊਗਾ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਸੀ ਮੈਂ ਤੈਨੂੰ ਕਿੰਨੀ ਮੁਹੱਬਤ ਕਰਦਾ ਵੀ ਟੱਠੇ ਖੂਚ ਪਵੇ ਇਹੋ ਜੀ ਮੁਹੱਬਤ ਜਿਹਨੂੰ ਜਿਉਂਦੇ ਜੀ ਨਹੀਂ ਤੁਹਾਡੀ ਮੁਹੱਬਤ ਦੀ ਕਦਰ ਹੋਈ ਉਹ ਤੋਂ ਮਰ ਕੇ ਉਹਨੂੰ ਕੀ ਪ੍ਰੂਫ ਕਰ ਦੇਗਾ ਹਨਾ ਤੇ ਇਹ ਸਾਰਾ ਕੁਝ ਇਹੀ ਚੀਜ਼ 'ਚ ਆਉਂਦਾ ਜਦੋਂ ਸਾਨੂੰ ਸਿਖਾਇਆ ਜਾਂਦਾ ਕਿ ਦੂਜਾ ਬੰਦਾ ਕਿੰਨਾ ਇੰਪੋਰਟੈਂਟ ਆ ਦੂਜੇ ਦਾ ਓਪੀਨੀਅਨ ਕਿੰਨਾ ਇੰਪੋਰਟੈਂਟ ਆ ਦੂਜੇ ਦਾ ਤੁਹਾਡੇ ਬਾਰੇ ਸੋਚਣਾ ਕਿੰਨਾ ਇੰਪੋਰਟੈਂਟ ਆ ਮੈਨੂੰ ਇੱਥੇ ਦੋ ਫਿਲਮਾਂ ਦੇ ਡਾਇਲੌਗ ਚੇਤੇ ਆ ਰਹੇ ਨੇ ਇੱਕ ਜੋਰਾ 2 ਦਾ ਡਾਇਲੌਗ ਸੀਗਾ ਕਿ ਜਿਨ੍ਹਾਂ ਨੂੰ ਬੰਦਾ ਪਿਆਰ ਕਰਦਾ ਉਨਨ ਲਈ ਰੋਂਦਾ ਤੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਤਾਂ ਹਮੇਸ਼ਾ ਰੋਂਦਾ ਹੀ ਆ ਹਨਾ ਕਿ ਦੂਸਰੇ ਮੈਨੂੰ ਜabb ਵੀ ਮੈਟ ਦਾ ਜੇ ਤੋ ਕ੍ਰੀਨਾ ਕਪੂਰ ਕਹਿੰਦੀ ਹੈ ਮੈਂ ਆਪਣੀ ਫੇਵਰੇਟ ਆ ਨਾ ਮੈਨੂੰ ਲੱਗਦਾ ਕਿ ਹਰ ਬੰਦਾ ਆਪਣਾ ਫੇਵਰੇਟ ਹੋਣਾ ਚਾਹੀਦਾ ਹਨਾ ਔਰ ਆਪਣਾ ਸਕਾ ਵੀ ਹੋਣਾ ਚਾਹੀਦਾ ਹਾਂ ਆਈ ਮੀ ਮਾਈ self ਕਿਤੇ ਕਿਤੇ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਚ ਹਨਾ ਤੁਹਾਨੂੰ ਤੁਹਾਡੀ ਜ਼ਿੰਦਗੀ ਚ ਕੀ ਚਾਹੀਦਾ ਕੀ ਨਹੀਂ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਲਾਈਫ ਸਹੀ ਚੱਲ ਰਹੀ ਆ ਜਾਂ ਨਹੀਂ ਸਹੀ ਚੱਲ ਰਹੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹਨਾ ਜਿੰਨੀ ਦੇਰ ਤੱਕ ਤੁਹਾਨੂੰ ਨਹੀਂ ਪਤਾ ਆਪਣੇ ਆਪ ਲਈ ਤੁਸੀਂ ਕਲੀਅਰ ਨਹੀਂ ਹੈਗੇ ਤਾਂ ਤੁਹਾਨੂੰ ਉੰਨੀ ਦੇਰ ਤੱਕ ਦੂਜਿਆਂ ਦੀਆਂ ਗੱਲਾਂ ਸੱਚੀ ਜ਼ਰੂਰੀ ਲੱਗਦੀਆਂ ਹੀ ਰਹਿਣਗੀਆਂ ਜਦੋਂ ਤੁਹਾਨੂੰ ਪਤਾ ਹੈ ਕਿ ਮੈਂ ਇਹ ਚੋਨਾ ਲਾਈਫ 'ਚ ਮੈਂ ਇਹ ਚੀਜ਼ਾਂ ਨਾਲ ਡੀਲ ਕਰ ਸਕਦਾ ਆ ਜਾਂ ਮੇਰੀ ਲਾਈਫ ਦੇ ਵਿੱਚ ਮੈਂ ਹੁਣ ਖੁਸ਼ ਆ ਤਾਂ ਤੁਹਾਨੂੰ ਦੂਜਿਆਂ ਦਾ opinion ਸੱਚੀ ਨਹੀਂ ਮੈਟਰ ਕਰਦਾ ਕਿ ਉਹ ਤੁਹਾਡੇ ਬਾਰੇ ਕੀ ਸੋਚਦੇ ਨੇ ਜਾਂ ਕੀ ਕਹਿੰਦੇ ਨੇਗੇ ਮਤਲਬ ਜੇ ਜੇ ਆਪਾਂ ਮੈਂਟਲੀ ਉਹਦੀ ਗੱਲ ਕਰੀਏ ਜਾਂ ਕਿਸੇ ਦੀ ਕੋਈ ਕਹੀ ਗੱਲ ਜੇ ਕੋਈ ਤੁਹਾਨੂੰ ਬਾਰ-ਬਾਰ ਤੰਗ ਕਰ ਰਹੀ ਹੈ ਤਾਂ ਉੱਥੇ ਸੋਚੋ ਕਿ ਇਹ ਚੀਜ਼ ਵਾਕਈ ਮੇਰੀ ਜ਼ਿੰਦਗੀ ਦੇ ਲਈ ਵਾਕਈ ਇਹ ਜਾਦਾ ਵਧੀਆ ਫੈਸਲਾ ਲੈ ਸਕਦੇ ਨੇ ਜਾਂ ਮੇਰੀ ਜ਼ਿੰਦਗੀ ਚ ਕੀ ਹੋਣਾ ਚਾਹੀਦਾ ਤਾਂ ਵਾਕਈ ਇਹਨਾਂ ਨੂੰ ਜ਼ਿਆਦਾ ਪਤਾ ਹੈ ਮੇਰੇ ਨਾਲੋਂ ਹਨਾ ਮੈਨੂੰ ਲੱਗਦਾ ਕਿ ਉੱਥੇ ਥੋੜਾ ਜਿਹਾ ਤੁਹਾਨੂੰ ਆਪਣੇ ਆਪ ਲਈ ਸੈਲਫ ਸੈਂਟਰਡ ਵੀ ਹੋਣਾ ਚਾਹੀਦਾ ਸੈਲਫਿਸ਼ ਵੀ ਹੋਣਾ ਚਾਹੀਦਾ ਤੇ ਆਪਣੇ ਆਪ ਲਈ ਤੁਸੀਂ ਉੱਥੇ ਸੋਚੋ ਆਪਣੀ ਸਰੀਰਕ ਸਿਹਤ ਦੇ ਲਈ ਵੀ ਆਪਣੀ ਮਾਨਸਿਕ ਸਿਹਤ ਦੇ ਲਈ ਵੀ ਕਿ ਮੇਰੇ ਲਈ ਕੀ ਜ਼ਰੂਰੀ ਆ ਹਨਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਇਦਾਂ ਹੀ ਹੋਣੀ ਚਾਹੀਦੀ ਸੀ ਫਿਰ ਕੋਈ ਲੱਖ ਕੋਈ ਕੁਝ ਕਹਿ ਰਿਹਾ ਤਾਂ ਤੁਹਾਨੂੰ ਫਰਕ ਨਹੀਂ ਪੈਂਦਾ ਹਨਾ ਸੋ ਬادیه ਗੱਲ ਬਾਤ ਸੀ ਨਹੀਂ ਹੋਣੀ ਵੀ ਚਾਹੀਦੀ ਮੇਲਾ ਦਾ ਆਪਾਂ ਜਿਵੇਂ ਇੱਕ એપisode ਚ ਕਿਹਾ ਸੀਗਾ ਯਾਰ ਇਕਨੋਮਿਕਲ ਇੰਡੀਪੈਂਡੈਂਸੀ ਨਾਲੋਂ ਮੈਂਟਲੀ ਜ਼ਿਆਦਾ ਜ਼ਰੂਰਤ ਹੈ ਹੈਨਾ ਤੁਸੀਂ ਮਤਲਬ ਜ਼ਰੂਰੀ ਨਹੀਂ ਕਿ ਹਰ ਰੋਜ਼ ਤੁਹਾਨੂੰ ਕੋਈ ਆ ਕੇ ਤੁਹਾਡੀ ਕਾਉਂਸਲਿੰਗ ਕਰੇਗੀ ਨਹੀਂ ਐਵੇਂ ਹੋ ਜਾ ਐਵੇਂ ਹੋ ਜਾ ਮੈਨੂੰ ਲੱਗਦਾ ਕਿ ਸਭ ਤੋਂ ਵੱਡੇ ਕਾਉਂਸਲਰ ਅਸੀਂ ਆਪਣੇ ਆਪ ਹੀ ਹੁੰਨੇ ਆ ਤੇ ਜੇ ਅਸੀਂ ਆਪਣੇ ਆਪ ਨੂੰ ਨਹੀਂ ਸਿਖਾ ਸਕਦੇ ਵੀ ਮੈਂ ਤੇਰੇ ਲਈ ਸਕਾਹੋ ਕਿ ਤੈਨੂੰ ਆ ਚੀਜ਼ ਸਿਖਾਦਾ ਅਸੀਂ ਕਿਸੇ ਦੇ ਸਕੇ ਨਹੀਂ ਹੋ ਸਕਦੇ ਜ਼ਿੰਦਗੀ ਚ ਕਦੀ ਹੈਨਾ ਤੇ ਬੜਾ ਵਧੀਆ ਜਿਹਾ ਐਕਸਪੀਰੀਅੰਸ ਆ ਮੈਂ ਕਹਿੰਨੀ ਕਦੇ-ਕਦੇ ਥੋੜਾ ਜਿਹਾ ਸੈਲਫਿਸ਼ ਹੋਣਾ ਵਧੀਆ ਹੁੰਦਾ ਕਦੇ-ਕਦੇ ਹੈਨਾ ਆਪਣੀਆਂ ਜ਼ਰੂਰਤਾਂ ਲਈ ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ ਚ ਇੰਨਾ ਹੀ ਮੈਨੂੰ ਗੁਰਦੀਪ ਨੂੰ ਭੈਣ ਰੁਪਿੰਦਰ ਨੂੰ ਫਿਲਹਾਲ ਤੇ ਲਈ ਇਜਾਜ਼ਤ ਦੇ ਦਿਓ ਅਸੀਂ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ